Shara na pa ja pa dina daya
kalam nanak jancha santar wala sharan pae jap dina dayala nanak jancha santar wala vaheguru ji ka khalsa ਵਾਹਿਗੁਰੂ ਜੀ ਕੀ ਫਤਿਹ ਸਭਾਗੇ ਹੋ ਆਪ ਭਲੀ ਭਾ ਜਾਣੋ ਹੋ ਧੰਨ ਧੰਨ ਸਤਿਗੁਰੂ ਸਾਹਿਬ ਜੀ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਬੈਠੇ ਹੋਏ ਸੰਤ ਜੀ ਹੋ ਅੱਜ ਆਪਾਂ ਮਹਾਂਪੁਰਸ਼ ਬਾਬਾ ਵੀਰ ਸਿੰਘ ਜੀ ਉਹਨਾਂ ਦਾ 173ਵਾਂ ਸ਼ਹੀਦੀ ਪੁਰਬ ਮਨਾ ਜਾ ਰਿਹਾ ਸੋ ਮਹਾਨ ਪੁਰਸ਼ ਹੋਏ ਨੇ ਜਿਨ੍ਹਾਂ ਨੇ ਕਿ ਸਾਡੇ ਪਿੰਡ ਦਾ ਨਾਂ ਰੋਸ਼ਨੀ ਹੋਣਾ ਹੀ ਹੋਣਾ ਸੀਗਾ ਸਾਰੇ ਵਰਲਡ ਦੇ ਵਿੱਚ ਆਪਣੀ ਧਾਰ ਜਮਾਈ ਇਸ ਨਗਰ ਵਿੱਚ ਸ਼ਹਿਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਨੇ ਆਪਣੇ ਚਰਨ ਪਾਏ ਅਤੇ ਉਹਨਾਂ ਤੋਂ ਮਾਤਾ ਪਿਤਾ ਜੀ ਹੋਣੇ ਸੇਵਾ ਕੀਤੀ ਸੰਗਤਾਂ ਨੇ ਕੀਤੀ ਤੋ ਸੋ ਉਹਨਾਂ ਦੇ ਆਉਣ 'ਤੇ ਹੀ ਬਾਬਾ ਵੀਰ ਸਿੰਘ ਜੀ ਦੀ ਇੱਥੇ ਕਿਰਪਾ ਹੀ ਉਹਨਾਂ ਨੇ ਇਸ ਨਗਰ ਵਿੱਚ ਜਨਮ ਲਿਆ ਉਸ ਤੋਂ ਬਾਅਦ ਬਾਬਾ ਜੀ ਨੇ ਲੰਗਰ ਦੀ ਸੇਵਾ ਵੀ ਕੀਤੀ ਫਿਰ ਫੌਜ ਵਿੱਚ ਭਰਤੀ ਵੀ ਹੋਏ ਅਤੇ ਭਰਤੀ ਤੋਂ ਬਾਅਦ ਉਹ ਸਮਾਂ ਨੌਕਰੀ ਕਰਨ ਤੋਂ ਬਾਅਦ ਉਹ ਨੌਕਰੀ ਛੱਡ ਕੇ ਵਾਪਸ ਆ ਗਏ ਮਹਾਨ ਸ੍ਰੀ ਮਾਲਕ ਨੇ ਜਦ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਨੌਕਰੀ ਕਰਦੇ ਸੀ ਤਾਂ ਉਦੋਂ ਹੀ ਇਹਨਾਂ ਨੂੰ ਐਸੀ ਲਗਨ ਜਾਗੀ ਕਿ ਉਹਨਾਂ ਨੇ ਗੁਰੂ ਦੀ ਭਗਤੀ ਵਿੱਚ ਹੀ ਆਪਣਾ ਮਨ ਲਾ ਲਿਆ ਉਸ ਤੋਂ ਬਾਅਦ ਸਿੱਖਾਂ ਦਾ ਰਾਜ ਲਾਹੌਰ ਵਿੱਚ 40 ਸਾਲ ਰਿਹਾ 40 ਸਾਲ ਤੋਂ ਬਾਅਦ ਉਹ ਸ਼ਾਸਕ ਦੇ ਅਧੀਨ ਡੋਗਰਿਆਂ ਅਤੇ ਅੰਗਰੇਜ਼ਾਂ ਨੇ ਮਿਲ ਕੇ ਨਾਲ ਕੁਝ ਹੋਰ ਕੌਮਾਂ ਵੀ ਸੀ ਜਿਹਨਾਂ ਦਾ ਨਾਂ ਨਹੀਂ ਲੈਣਾ ਚਾਹੁੰਦਾ ਤੁਸੀਂ ਆਪੇ ਸਮਝੋਗੇ ਉਹਨਾਂ ਨੇ ਰਲ ਕੇ ਇਹ ਸਾਡਾ ਇੱਕ ਤਾਂ ਲਾਹੌਰ ਦਾ ਤਾਂ ਸੀ ਜੋ ਸਾਡਾ ਹੱਕ ਬਣਦਾ ਸੀ ਉਹ ਸਾਥੋਂ ਖੋਹ ਲਿਆ ਅਤੇ ਬਾਕੀ ਹੁਣ ਆਪਣੇ ਪਾਸ ਜਥੇ ਆ ਰਹੇ ਉਹ ਵੀ ਦੱਸਣਗੇ ਇਤਿਹਾਸ ਬਾਰੇ ਤਾਂ ਬਾਬਾ ਵੀਰ ਸਿੰਘ ਜੀ ਨੂੰ ਸ਼ਹੀਦ ਕਰਨ ਦੀ ਸਾਜਿਸ਼ ਵੀ ਬਣਾਈ ਗਈ ਇਸ ਬਾਰੇ ਜਥੇ ਤੋਂ ਤੁਸੀਂ ਸੁਣੋਗੇ ਸਾਡੇ ਨਾਲ ਬਹੁਤ ਹੀ ਵੱਡਾ ਧੱਕਾ ਹੋਇਆ ਸਾਡਾ ਹੱਕ ਬਣਦਾ ਸੀ ਲਾਹੌਰ 'ਤੇ ਅਸੀਂ 40 ਸਾਲ ਸਾਡੀ ਕੌਮ ਨੇ ਰਾਜ ਕੀਤਾ ਹੋਵੇ ਅਤੇ ਸਾਡੇ ਕੁਛ ਲੀਡਰਾਂ ਨੂੰ ਰਾਜ ਦੇ ਕੇ ਮਗਰ ਲਾ ਕੇ ਇਸ ਨੀਤੀਵਾਨ ਆਰ ਐਸ ਐਸ ਵਾਲਿਆਂ ਨੇ ਸਾਡੇ 'ਤੇ ਗਲਬਾ ਆਸਾ ਪਾਇਆ ਅਤੇ ਸਾਡੇ ਲੀਡਰ ਸੁਝਣ ਉਹ ਨਹੀਂ ਕੁਝ ਦਿੱਤੀ ਉਹ ਆਪਣਾ ਰਾਜ ਬਣਾ ਕੇ ਬੈਠ ਗਏ ਉਹ ਸਾਥੋਂ ਖੁਸ਼ ਗਿਆ ਇਹ ਵੀ ਕਿ ਸ਼ਾਸਕ ਦੇ ਅਧੀਨ ਹੀ ਲਾਹੌਰ ਸਾਨੂੰ ਮਿਲਦਾ ਸੀ ਪਰ ਇਹਨਾਂ ਲੋਕਾਂ ਨੇ ਸਾਨੂੰ ਲਾਹੌਰ ਨਹੀਂ ਰਹਿਣ ਦਿੱਤਾ ਅਸੀਂ ਜਾਏ ਕਲਕੱਤਾ ਲੈ ਲਿਆ ਲਾਹੌਰ ਪਾਕਿਸਤਾਨ ਨੂੰ ਦੇ ਦਿੱਤਾ ਜਿੱਥੋਂ ਤੱਕ ਮੈਂ ਪੜ੍ਹਿਆ ਹੈ ਪਾਕਿਸਤਾਨ ਵੀ ਹੋਂਦ ਵਿੱਚ ਨਹੀਂ ਸੀ ਆਉਂਦਾ ਪਾਕਿਸਤਾਨ ਵੀ ਹੋਂਦ ਵਿੱਚ ਨਹੀਂ ਸੀ ਆਉਂਦਾ ਅਗਰ ਸਾਡੇ ਲੀਡਰ ਉਹ ਕਾਮਯਾਬ ਹੁੰਦੇ ਸੋ ਉਦੋਂ ਦੀ ਮਾਫੀ ਅਸੀਂ ਅੱਜ ਕੱਲ੍ਹ ਕਰ ਰਹੇ ਹਾਂ ਸੋ ਆਪਣੇ ਭਾਅ ਜਥੇ ਕਾਫੀ ਪਹੁੰਚ ਰਹੇ ਨੇ ਹੁਣ ਮੈਂ ਬੇਨਤੀ ਕਰਾਂਗਾ ਜਨਮ ਸਥਾਨ ਬਾਬਾ ਵੀਰ ਸਿੰਘ ਦੇ ਜਥੇਦਾਰ ਕੀਰਤੀ ਜਥਾ ਫਿਰ ਪਹੁੰਚ ਚੁੱਕਿਆ ਹੈ ਭਾਈ ਰਵਿੰਦਰ ਸਿੰਘ ਜੀ ਕੁਝ ਸਮੇਂ ਵਾਸਤੇ ਸੰਗਤ ਦੇ ਦਰਸ਼ਨ ਕਰਨਗੇ ਭਾਈ ਰਵਿੰਦਰ ਸਿੰਘ ਜੀ ਵਾਹਿਗੁਰੂ ਵਾਹਿਗੁਰੂ
हे प्राण नाथ गोविंद है कृपा निधान जगद्गुरु हे संसार तब हरण करुणा में सब दुख हरो हे शरण जोग दयाले दीनानाथ मया करो शरीर स्वस्थ खीन समय सिमरंत नानक राम दामोदर माधव संत शरण जो जन परे सो जन उदरन संत की निंदा नान गा बहुर बहुर अवतार आनंद गुणी निधान गुरु गरीब निवाज गरीब निवाज गरीब हो वारी हो वार ने कुर्बान तेरे नाम कुर्बान तेरे नाम कुर्बान तेरे नाम हो बारी हो बारने कुर्बान तेरे नावनो हम बारी हो कुर्बान तेरे नावनो हम बारी हो कुर्बान तेरे नावनो कुर्बान तेरे नावनो कुर्बान तेरे नावनो हो बारी हो बार कुर्बान तेरे नावनो हो बारी हो अंदर को गया जोगी अंदर जो गया तू भोगी अंदर को गया जोगी अंदर जो गया भोगी अंदर भोगिया तेरा अंत ना पाया सुर्ग मच पयाल जियो तेरा अंत ना पाया सुर्ग मच पयाल जियो
ਸੁਰਗ ਮਛ ਪਿਆਲ ਦਿਓ ਸੁਰਗ ਮਛ ਪਿਆਲ ਦਿਓ ਹਾਂ ਵਾਰੀ ਹਾਂ ਵਾਰ ਕੁਰਬਾਨ ਤੇਰੇ ਕੁਰਬਾਨ ਤੇਰੇ ਨਾਮ ਨੂੰ ਕੁਰਬਾਨ ਤੇਰੇ ਨਾਮ ਨੂੰ ਕੁਰਬਾਨ ਤੇਰੇ ਨਾਮ ਨੂੰ ਕੁਰਬਾਨ ਤੇਰੇ ਨਾਮ ਨੂੰ ਹਾਂ ਵਾਰੀ ਹਾਂ ਵਾਰ ਕੁਰਬਾਨ ਤੇਰੇ ਸਤਿਗੁਰ ਕਾ ਬਲ ਜਾਈਐ ਜਿਤ ਮਿਲਿਆ ਪਰਮ ਗਤ ਪਾਈਐ ਸਤਿਗੁਰ ਕਾ ਬਲ ਜਾਈਐ ਜਿਤ ਮਿਲਿਆ ਪਰਮ ਗਤ ਪਾਈਐ ਸੁਰ ਨਰ ਮੁਨ ਜਨ ਲੋਚ ਦੇ ਸਭ ਮੋਹੀ ਮਾਇਆ ਜਾਲ ਜਿਓ ਸੁਰ ਨਰ ਮੁਨ ਜਨ ਲੋਚ ਦੇ ਸੋ ਸਤਿਗੁਰ ਦੀਆ ਬੁਝਾਏ ਜਿਓ ਸਤਸੰਗਤ ਕੈਸੀ ਜਾਣੀਐ ਜਿੱਥੇ ਇੱਕੋ ਨਾਮ ਵਖਾਣੀਐ ਸਤਸੰਗਤ ਕੈਸੀ ਜਾਣੀਐ ਜਿੱਥੇ ਇੱਕੋ ਨਾਮ ਵਖਾਣੀਐ ਇੱਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਜਿਓ ਇੱਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਜਿਓ ਸਤਿਗੁਰ ਦੀਆ ਬੁਝਾਏ ਜਿਓ ਸਤਿਗੁਰ ਦੀਆ ਬੁਝਾਏ ਜਿਓ ਹਾਂ ਵਾਰੀ ਹਾਂ ਵਾਰ ਕੁਰਬਾਨ ਤੇਰੇ ਨਾਮ ਕੁਰਬਾਨ ਤੇਰੇ ਨਾਮ ਨੂੰ 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 ਹਾਂ ਵਾਰੀ ਕੁਰਬਾਨ ਤੇਰੇ ਨਾਮ ਨੂੰ ਹਾਂ ਵਾਰੀ ਹਾਂ ਵਾਰਨ ਕੁਰਬਾਨ ਤੇਰੇ ਨਾਮ ਨੂੰ ਕੁਰਬਾਨ ਤੇਰੇ ਨਾਮ ਨੂੰ ਕੁਰਬਾਨ ਤੇਰੇ ਨਾਮ ਨੂੰ ਜੋਤੀ ਜੋਤ ਮਿਲਾਏ ਕਾਇਆਗੜ ਸੋਹਿਆਰਾ
ਜੋਤਿ ਜੋਤ ਮਿਲਾਏ ਕਾਇਆ ਗੜ ਸੋਹਿਆਰਾ ਮਿਲ ਕੰਚਨ ਹੋਇਆ ਰਾਮ ਮਿਲ ਕੰਚਨ ਹੋਇਆ ਰਾਮ ਗੁਰ ਪਾਰਸ ਹਮਲੋ ਮਿਲ ਕੰਚਨ ਹੋਇਆ ਰਾਮ ਮਿਲ ਕੰਚਨ ਹੋਇਆ ਰਾਮ ਜੋਤਿ ਜੋਤ ਮਿਲਾਏ ਕਾਇਆ ਗੜ ਸੋਹਿਆ ਰਾਮ ਜੋਤਿ ਜੋਤ ਮਿਲਾਏ ਕਾਇਆ ਗੜ ਸੋਹਿਆ ਰਾਮ ਕੰਚਨ ਹੋਇਆ ਰਾਮ ਮਿਲ ਕੰਚਨ ਹੋਇਆ ਰਾਮ ਗੁਰ ਪਾਰਸ ਹਮਲੋ ਮਿਲ ਕੰਚਨ ਹੋਇਆ ਰਾਮ ਮਿਲ ਕੰਚਨ ਹੋਇਆ ਰਾਮ ਦ੍ਰਿਸ਼ਟ ਅਗੋਚਰ ਪਕੜਿਆ ਗੋਰ ਸ਼ਬਦੀ ਕਿਉਂ ਸਾਸ ਗਰਾਸ ਵਿਸਾਰੀ ਦ੍ਰਿਸ਼ਟ ਅਗੋਚਰ ਪਕੜਿਆ ਗੋਰ ਸ਼ਬਦੀ ਕਿਉਂ ਸਾਸ ਗਰਾਸ ਵਿਸਾਰੀ ਦ੍ਰਿਸ਼ਟ ਅਗੋਚਰ ਪਕੜਿਆ ਗੋਰ ਸ਼ਬਦੀ ਕਿਉਂ ਸਾਸ ਗਰਾਸ ਵਿਸਾਰੀ ਕਾਇਆ ਗੜ ਸੋਹਿਆ ਮੇਰੇ ਪ੍ਰਭ ਮੋਹਿਆ ਕਿਉਂ ਸਾਸ ਗਿਰਾਸ ਵਿਸਾਰੀਐ ਕਾਇਆ ਗੜ ਸੋਹਿਆ ਮੇਰੇ ਪ੍ਰਭ ਮੋਹਿਆ ਕਿਉਂ ਸਾਸ ਗਿਰਾਸ ਵਿਸਾਰੀਐ ਜੋਤਿ ਜੋਤ ਮਿਲਾਏ ਕਾਇਆ ਗੜ ਸੋਹਿਆ ਜੋਤਿ ਜੋਤ ਮਿਲਾਏ ਕਾਇਆ ਗੜ ਸੋਹਿਆ ਰਾਮ ਮਿਲ ਕੰਚਨ ਹੋਇਆ ਰਾਮ ਮਿਲ ਕੰਚਨ ਹੋਇਆ ਰਾਮ ਗੁਰ ਪਾਰਸ ਹਮਲੋ ਮਿਲ ਕੰਚਨ ਹੋਇਆ ਰਾਮ ਮਿਲ ਕੰਚਨ ਜੋਤਿ ਜੋਤ ਮਿਲਾਏ ਕਾਇਆ ਗੜ ਸੋਹਿਆ ਰਾਮ ਜੋਤਿ ਜੋਤ ਮਿਲਾਏ ਕਾਇਆ ਗੜ ਸੋਹਿਆ ਰਾਮ ਮਿਲ ਕੰਚਨ ਹੋਇਆ ਰਾਮ ਮਿਲ ਕੰਚਨ ਦ੍ਰਿਸ਼ਟ ਅਗੋਚਰ ਬਕੜਿਆ ਗੋਰ ਸ਼ਬਦੀ ਹੋ ਸਤਿਗੁਰ ਗੈ ਬਲਿਹਾਰੀਐ ਦ੍ਰਿਸ਼ਟ ਅਗੋਚਰ ਬਕੜਿਆ ਗੋਰ ਸ਼ਬਦੀ ਹੋ ਸਤਿਗੁਰ ਗੈ ਬਲਿਹਾਰੀਐ ਦ੍ਰਿਸ਼ਟ ਅਗੋਚਰ ਬਕੜਿਆ ਗੋਰ ਸ਼ਬਦੀ
ਹੋ ਸਤਿਗੁਰ ਗੈ ਬਲਿਹਾਰੀਐ ਹੋ ਸਤਿਗੁਰ ਕੈ ਬਲਿਹਾਰੀਐ ਹੋ ਸਤਿਗੁਰ ਕੈ ਬਲਿਹਾਰੀਐ ਗੁਰ ਪਾਰਸ ਹਮ ਲੋ ਮਿਲ ਕੰਚਨ ਹੋਇਆ ਰਾਮ ਜੋਤੀ ਜੋਤ ਮਿਲਾਏ ਜੋਤੀ ਜੋਤ ਮਿਲਾਏ ਕਾਇਆ ਗੜ ਸੋਹਿਆ ਰਾਮ ਅਦ੍ਰਿਸ਼ਟ ਅਗੋਚਰ ਪਕੜਿਆ ਗੁਰ ਸਬਦੀ ਹੋ ਸਤਿਗੁਰ ਕੈ ਬਲਿਹਾਰੀਐ ਹੋ ਸਤਿਗੁਰ ਕੈ ਬਲਿਹਾਰੀਐ ਦ੍ਰਿਸ਼ਟ ਅਗੋਚਰ ਬਕੜਿਆ ਗੋਰ ਸ਼ਬਦੀ ਹੋ ਸਤਿਗੁਰ ਕੈ ਬਲਿਹਾਰੀਐ ਦ੍ਰਿਸ਼ਟ ਅਗੋਚਰ ਬਕੜਿਆ ਗੋਰ ਸ਼ਬਦੀ ਹੋ ਸਤਿਗੁਰ ਕੈ ਬਲਿਹਾਰੀਐ ਜੋਤੀ ਜੋਤ ਮਿਲਾਏ ਕਾਇਆ ਗੜ ਸੋਹਿਆ ਰਾਮ ਜੋਤੀ ਜੋਤ ਮਿਲਾਏ ਕਾਇਆ ਗੜ ਸੋਹਿਆ ਰਾਮ ਮਿਲ ਕੰਚਨ ਹੋਇਆ ਰਾਮ ਮਿਲ ਕੰਚਨ ਹੋਇਆ ਰਾਮ ਗੁਰ ਪਾਰਸ ਹਮ ਲੋ ਮਿਲ ਕੰਚਨ ਹੋਇਆ ਰਾਮ ਮਿਲ ਕੰਚਨ ਹੋਇਆ ਰਾਮ ਜੋਤੀ ਜੋਤ ਮਿਲਾਏ ਕਾਇਆ ਗੜ ਸੋਹਿਆ ਰਾਮ ਜੋਤੀ ਜੋਤ ਮਿਲਾਏ ਕਾਇਆ ਗੜ ਸੋਹਿਆ ਰਾਮ ਮਿਲ ਕੰਚਨ ਕੰਚਨ ਹੋਇਆ ਸਤਿਗੁਰ ਆਗੈ ਸੀਸ ਭੇਟ ਦੇ ਜੇ ਸਤਿਗੁਰ ਸਾਚੇ ਭਾਵੈ ਸਤਿਗੁਰ ਆਗੈ ਸੀਸ ਭੇਟ ਦੇ ਜੇ ਸਤਿਗੁਰ ਸਾਚੇ ਭਾਵੈ ਆਪੇ ਦਇਆ ਕਰੋ ਪ੍ਰਭ ਦਾਤੇ ਆਪੇ ਦਇਆ ਕਰੋ ਪ੍ਰਭ ਦਾਤੇ ਨਾਨਕ ਅੰਕ ਸਮਾਵੇ ਸਮਾਵੇ ਨਾਨਕ ਅੰਕ ਸਮਾਵੇ ਆਪੇ ਦਇਆ ਕਰੋ ਪ੍ਰਭ ਦਾਤੇ
ਨਾਨਕ ਅੰਕ ਸਮਾਵੇ ਆਪੇ ਦਇਆ ਕਰੋ ਪ੍ਰਭ ਦਾਤੇ ਨਾਨਕ ਅੰਕ ਸਮਾਵੇ ਜੋਤੀ ਜੋਤ ਮਿਲਾਏ ਕਾਇਆ ਗੜ ਸੋਹਿਆ ਰਾਣ ਜੋਤੀ ਜੋਤ ਮਿਲਾਏ ਕਾਇਆ ਗੜ ਸੋਹਿਆ ਰਾਣ ਮਿਲ ਕੰਚਨ ਹੋਇਆ ਰਾਮ ਮਿਲ ਕੰਚਨ ਹੋਇਆ ਰਾਮ ਗੁਰ ਪਾਰਸ ਹਮ ਲੋ ਮਿਲ ਕੰਚਨ ਹੋਇਆ ਰਾਮ ਮਿਲ ਕੰਚਨ ਹੋਇਆ ਰਾਮ ਗੁਰ ਪਾਰਸ ਹਮ ਲੋ ਮਿਲ ਕੰਚਨ ਹੋਇਆ ਰਾਮ ਮਿਲ ਕੰਚਨ ਹੋਇਆ ਕਾਇਆ ਗੜ ਸੋਹਿਆ ਮੇਰੇ ਪ੍ਰਭ ਮੋਹਿਆ ਕਾਇਆ ਗੜ ਸੋਹਿਆ ਮੇਰੇ ਪ੍ਰਭ ਮੋਹਿਆ ਕਿਉਂ ਸਾਸ ਗਿਰਾਸ ਵਿਸਾਰੀ ਹੈ ਕਾਇਆ ਗੜ ਸੋਹਿਆ ਮੇਰੇ ਪ੍ਰਭ ਮੋਹਿਆ ਕਿਉਂ ਸਾਸ ਗਿਰਾਸ ਵਿਸਾਰੀ ਹੈ ਕਾਇਆ ਗੜ ਸੋਹਿਆ ਮੇਰੇ ਪ੍ਰਭ ਮੋਹਿਆ ਕਿਉਂ ਸਾਸ ਗਿਰਾਸ ਵਿਸਾਰੀ ਹੈ ਜੋਤੀ ਜੋਤ ਮਿਲਾਏ ਕਾਇਆ ਗੜ ਸੋਹਿਆ ਰਾਮ ਜੋਤੀ ਜੋਤ ਮਿਲਾਏ ਕਾਇਆ ਗੜ ਸੋਹਿਆ ਰਾਮ ਮਿਲ ਕੰਚਨ ਹੋਇਆ ਰਾਮ ਮਿਲ ਕੰਚਨ ਹੋਇਆ ਰਾਮ ਗੁਰ ਪਾਰਸ ਹਮ ਲੋ ਮਿਲ ਕੰਚਨ ਹੋਇਆ ਰਾਮ ਮਿਲ ਕੰਚਨ ਹੋਇਆ ਰਾਮ ਮਿਲ ਕੰਚਨ ਹੋਇਆ ਰਾਮ ਗੁਰੂ ਸਾਹਿਬਾਂ ਦੀ ਹਜ਼ੂਰੀ ਵਿੱਚ ਗੁਰਬਾਣੀ ਦਾ ਹਰ ਜਸ ਕੀਰਤਨ ਕਰਦਿਆਂ ਹੋਈਆਂ ਬਹੁਤ ਬੇਅੰਤ ਭੁੱਲਾਂ ਦੀ ਆਪ ਸਰਬੱਤ ਸੰਗਤ ਗੁਰੂ ਸਾਹਿਬ ਬਖਸ਼ਣ ਯੋਗ ਨੇ ਬਖਸ਼ ਲੈਣਾ ਕਿਰਪਾ ਕਰੋ ਜੀ ਗੱਜ ਵੱਜ ਕੇ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸਨ ਸਾਡੇ ਬਾਬਾ ਰਣਜੀਤ ਸਿੰਘ ਜੀ ਦੇ ਜਨਮ ਸਥਾਨ ਤੋਂ ਕੀਰਤਨੀ ਜਥਾ ਭਾਈ ਰਵਿੰਦਰਪਾਲ ਸਿੰਘ ਜੀ ਸੋ ਬਹੁਤ ਧੰਨਵਾਦ ਕਰਦੇ ਹਾਂ ਹੁਣ ਮੈਂ ਬੇਨਤੀ ਕਰਾਂਗਾ ਇੱਕ ਤਾਂ ਮੈਂ ਬੇਨਤੀ ਕਰਨਾ ਚਾਹਾਂਗਾ ਕਿ ਸੰਗਤਾਂ ਗੁਰਦੁਆਰੇ ਦੇ ਬਾਹਰਲੇ ਪਾਸੇ ਦੀਵਾਨ ਪੰਡਾਲ 'ਚ ਨਹੀਂ ਪਹੁੰਚ ਰਹੀਆਂ ਸੋ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਦੀਵਾਨ ਪੰਡਾਲ ਸਜਿਆ ਹੋਇਆ ਹੈ ਬਾਬਾ ਜੀ ਬੀਬੀਆਂ ਸਮੇਤ ਦੀਵਾਨ ਦੀ ਹਾਜ਼ਰੀ ਭਰਨ ਸੋ ਬੇਨਤੀ ਹੈ ਮੈਂ ਹੁਣ ਬੇਨਤੀ ਕਰਾਂਗਾ ਭਾਈ ਅਮਰਜੀਤ ਸਿੰਘ ਜੀ ਢਾਡੀ ਜਥਾ ਅੱਧੇ ਘੰਟੇ ਵਾਸਤੇ ਸੰਗਤਾਂ ਦਰਸ਼ਨ ਕਰਨਗੇ ਭਾਈ ਅਮਰਜੀਤ ਸਿੰਘ ਜੀ ਢਾਡੀ ਵਾਹਿਗੁਰੂ Thank you.
ਸਤਨਾਮ ਸ਼੍ਰੀ ਵਾਹਿਗੁਰੂ ਜੀ ਗੁਰੂ ਕਰੀ ਬਨਬਾਦ ਸੂਰਾ ਸੋ ਪਹਿਚਾਨੀਏ ਜੋ ਲੜੇ ਦਿਨ ਕੇ ਹੇਤ ਨਿਧਾਨ ਗੁਰੂ ਗਰੀਬ ਨਵਾਜ ਸਾਰੀ ਸੰਗਤ ਗੱਜ ਕੇ ਬੋਲਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਕੇਸ ਗਵਾਓ ਜੀਵਨ ਨਾ ਨਰਕ ਬਣਾਓ ਗੱਭਰੂਓ ਹੋਸ਼ ਸੰਭਾਲੋ ਮੋਨੇ ਨਾ ਬਣਦੇ ਜਾਓ ਸੱਜੋ ਸਰਦਾਰ ਜੀ ਕੇਸ ਤੇ ਦਾੜਾ ਰੱਖ ਕੇ ਬਣੋ ਦਸਤਾਰ ਜੀ ਅੰਮ੍ਰਿਤ ਛਕ ਸੱਜੋ ਖਾਲਸਾ ਮਤੀ ਦਾਸ ਨੇ ਧਰਮ ਨਾਲ ਲਾਇਆ ਸੀ ਸਿੱਖੀ ਲਈ ਪਾਈ ਦਿਆਲੇ ਦੇਖ ਵੇਖਾਏ ਪਾਲੇ ਮਨੀ ਨਾ ਹਾਰ ਜੀ ਕੇਸ ਤੇ ਦਾੜਾ ਰੱਖ ਕੇ ਬਨੋ ਦਸਤਾਰ ਜੀ ਅੰਮ੍ਰਿਤ ਛਕ ਸਜੋ ਖਾਲਸਾ ਮੁੱਖੋਂ ਨਾ ਆਖਿਆ ਏ ਮਾਵਾਂ ਇੱਕ ਵਾਰ ਜੀ ਕੇਸ ਤੇ ਦਾੜਾ ਰੱਖ ਕੇ ਬਨੋ ਦਸਤਾਰ ਜੀ ਅੰਮ੍ਰਿਤ ਛਕ ਸੱਜੋ ਖਾਲਸਾ ।
ਸਾਹੂਕਾਰਾਂ ਜੀ ਬਣ ਗਏ ਨੇ ਪੁੱਤ ਸਿੰਘਾਂ ਦੇ ਭਈਆਂ ਦੀਆਂ ਡਾਲਾਂ ਜੀ ਸਭੋ ਸਿੱਖੋ ਸਰਦਾਰੀ ਸਿੱਖੀ ਹੈ ਸ਼ਾਨ ਨਿਆਰੀ ਬਣੋ ਪਹਿਰੇਦਾਰ ਜੀ ਕੇਸ ਤੇ ਦਾੜਾ ਰੱਖ ਕੇ ਬਣੋ ਦਸਤਾਰ ਜੀ ਅੰਮ੍ਰਿਤ ਛਕ ਸੱਜੋ ਖਾਲਸਾ ਸਤਿਗੁਰਾਂ ਦੀ ਪਾਵਨ ਆਦਰਨੀ ਹਜ਼ੂਰੀ ਵਿੱਚ ਹਾਜ਼ਰੀਨ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਆਦਰਨੀਆ ਗੁਰੂ ਖਾਲਸਾ ਸਾਧ ਸੰਗਤ ਜੀ ਅੱਜ ਏਡੇ ਵੱਡੇ ਮਹਾਂਪੁਰਖ ਮਹਾਨ ਤਪੱਸੀ ਮਰ ਜੀਵੜੇ ਸੰਤ ਸਿਪਾਹੀ ਪੰਥ ਰਤਨ ਸੁਲਤਾਨਨ ਕੌਮ ਦੇ ਮੁੱਖ ਜਥੇਦਾਰ ਸੰਤ ਬਾਬਾ ਵੀਰ ਸਿੰਘ ਜੀ ਜਿਨ੍ਹਾਂ ਦੀ ਘਾਲ ਕਮਾਈ ਸੇਵਾ ਸਿਮਰਨ ਜੀਵਨ ਦਾ ਬਹੁਤ ਲੰਬਾ ਹਿੱਸਾ ਸਤਿਗੁਰੂ ਦੀ ਪਾਵਨ ਹਜ਼ੂਰੀ ਦੇ ਵਿੱਚ ਲੰਘਿਆ ਉਹਨਾਂ ਦੇ ਪਾਵਨ ਪਵਿੱਤਰ ਅਸਥਾਨ ਜਨਮ ਅਸਥਾਨ ਜਿੱਥੇ 1925 ਨੂੰ ਮਾਤਾ ਧਰਮ ਕੌਰ ਜੀ ਕੁੱਖ ਨੂੰ ਸਫਲਾ ਕੀਤਾ ਬਾਬਾ ਸੇਵਾ ਸਿੰਘ ਜੀ ਦੇ ਘਰ ਨੂੰ ਭਾਗ ਲਾ ਤੇ ਉਸ ਮਹਾਨ ਤਪੱਸਵੀ ਨੇ ਉਹਨਾਂ ਦੀ ਪਾਵਨ ਪਵਿੱਤਰ ਆਤਮਾ ਨੂੰ ਚੜ੍ਹਦੀ ਕਲਾ ਦੇ ਵਿੱਚ ਲਿਜਾਉਣ ਦੇ ਲਈ ਸਿਮਰਨ ਕਰੋ ਅੱਜ ਉਹਨਾਂ ਦੇ ਮਹਾਨ ਭਾਗਾਂ ਵਾਲੇ ਦਿਨ ਨੂੰ ਪ੍ਰਣਾਮ ਕਰਦੇ ਹੋਏ ਜੋੜ ਕੇ ਹੱਥ ਮਾਰ ਕੇ ਚੌਂਕੜੇ ਸੀ ਝੁਕਾ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਜਿਉਣਾ ਹੁੰਦਾ ਉਹ ਸਮਰਥ ਦਾ ਧਰਮ ਲਈ ਜੋ ਮਰਦਾ ਏ ਆਪਣਾ ਤਨ ਮਨ ਵਾਰ ਕੇ ਪਹਿਲਾਂ ਦੇ ਕਿਸੇ ਦੀ ਹਾਮੀ ਭਰਦਾ ਏ ਕਿਨੂੰ ਨਹੀਂ ਜੀਵਨ ਦੀਆਂ ਲੋੜਾਂ ਹਰ ਕੋਈ ਜਿਉਣਾ ਚਾਹੁੰਦਾ ਇਸ ਜੀਵਨ ਦੀ ਤਰ੍ਹਾਂ ਤਰ੍ਹਾਂ ਦੇ ਬੰਦਾ ਜਾਲ ਵਿਛਾਉਂਦਾ ਏ ਗੁਲਾਮਾਂ ਦੇ ਬੂਟੇ ਦੀ ਛਾਂ ਕੋਈ ਨਾ ਹੁੰਦੀ ਗੁਲਾਮਾਂ ਦੇ ਰਹਿਣੇ ਨੂੰ ਥਾਂ ਕੋਈ ਨਾ ਹੁੰਦੀ ਗੁਲਾਮਾਂ ਦੇ ਹੁੰਦੇ ਨਾ ਤੀਰਥ ਨਾ ਮੱਕੇ ਗੁਲਾਮਾਂ ਨੂੰ ਮਿਲਦੇ ਦਰ ਦਰ ਤੋਂ ਥੱਕੇ ਗੁਲਾਮਾਂ ਦੀ ਬਸਤੀ ਨਾ ਮਿਲਦੀ ਹੈ ਸਸਤੀ ਮਿਲਦੀ ਹੈ ਸਸਤੀ ਮਿਟਾਈਏ ਦੇ ਹਸਤੀ ਹਸਤੀ ਚੋਰ ਮਿਲਦਾ ਹੈ ਰੁਤਬਾ ਨਿਰਾਲਾ ਰੁਤਬੇ ਚ ਮਿਲਦੀ ਹੈ ਗੈਰਤ ਦੀ ਮਾਲਾ ਉਹਨਾਂ ਦੇ ਘਰ ਵਿੱਚ ਆ ਜਾਂਦੀ ਆਜ਼ਾਦੀ ਪਹਿਲਾਂ ਉਹਨਾਂ ਦੇ ਘਰ ਦੀ ਹੁੰਦੀ ਬਰਬਾਦੀ ਕੁੱਟ ਖਾ ਜੇ ਕਿਸੇ ਨੂੰ ਕੁੱਟਣਾ ਜਿਨ੍ਹਾਂ ਨੇ ਖੰਡੇ ਬਾਟੇ ਦੀ ਤਾਕਤ ਹਾਸਲ ਕਰ ਲਈ ਨਾ ਖਾਲਸਾ ਜੀ ਦਿਲ ਤੇ ਮੇਰਾ ਬੜਾ ਕਰਦਾ ਵੀ ਮੈਂ ਉਹਨਾਂ ਦੇ ਜੀਵਨ ਝਾਤ ਦੇ ਉੱਤੇ ਬਹੁਤ ਲੰਬਾ ਸਮਾਂ ਬੋਲਦਾ ਰਵਾਂ ਮੈਨੂੰ ਹੁਣੇ ਮੇਰੇ ਸਤਿਕਾਰਯੋਗ ਮਿੱਤਰ ਤੇ ਬਾਬਾ ਜੀ ਪੁੱਛਦੇ ਵੀ ਭਾਈ ਅਮਰਜੀਤ ਸਿੰਘ ਜੀ ਜਥਾ ਕਦੋਂ ਦਾ ਬਣਾਇਆ ਮੈਂ ਕਿਹਾ ਜਦੋਂ ਮੈਂ ਰਿਟਾਇਰ ਹੋ ਗਿਆ ਮੈਂ ਕਿਹਾ ਹੁਣ ਮੈਂ ਧਰਮ ਦੀ ਸੇਵਾ ਕਰਨੀ ਹੈ 30 ਸਾਲ ਸ਼੍ਰੋਮਣੀ ਕਮੇਟੀ ਦੇ ਵਿੱਚ ਹੈੱਡ ਪ੍ਰਚਾਰਕ ਰਿਟਾਇਰ ਹੋ ਕੇ ਨਾ ਤੁਹਾਡੇ ਦਰ ਤੇ ਫੇਰ ਖੜਾ ਹੈ ਗੱਜ ਕੱਕ ਸਤਨਾਮ ਸ੍ਰੀ ਇਹ ਚੌਂਕੀਦਾਰਾ ਕਰਨਾ ਇੱਕ ਉਰਦੂ ਦੇ ਸ਼ਾਇਰ ਨੇ ਬੜੀ ਸੁੰਦਰ ਗੱਲ ਲਿਖੀ ਆ ਕਹਿੰਦਾ ਦੁਨੀਆਂ ਦੇ ਮੇਲੇ ਤੋਂ ਕੰਮ ਨਹੀਂ ਹੋਊਗੇ ਦੁਨੀਆਂ ਤੋਂ ਹੋ ਗਈ ਮਗਰ ਹਮ ਨਹੀਂ ਹੋ ਗਏ ਕੌਮ ਦਾ ਇਤਿਹਾਸ ਕੌਮ ਦੀ ਰੂਪਰੇਖਾ ਮਜ਼ਹਬ ਦਾ ਬਿਆਨ ਧਰਮ ਦੀ ਗਿਆਤਾ ਇਸੇ ਤਰ੍ਹਾਂ ਚੱਲਦੀ ਰਹੇਗੀ ਪਰ ਸਾਡੇ ਵਰਗੇ ਨਹੀਂ ਹੋਣਗੇ ਹਜ਼ਾਰਾਂ ਲੋਕ ਤੁਸੀਂ ਸੁਣਨ ਵਾਲੇ ਇਹਨਾਂ ਨੂੰ ਇੱਥੇ ਬੈਠ ਕੇ ਖਾਲਸਾ ਰੂਪ ਦੇ ਸਰਵਣ ਕਰੋਗੇ ਮੇਰੇ ਸਤਿਕਾਰਯੋਗ ਬਾਬਾ ਸੁਰਿੰਦਰ ਸਿੰਘ ਜੀ ਬਹੁਤ ਪਿਆਰ ਹੈ ਮੇਰੇ ਮੈਂ ਇੱਥੇ ਕੋਈ ਸੱਦੇ ਤੇ ਨਹੀਂ ਆਇਆ ਯਾਦ ਰੱਖਿਆ ਜੀ ਮੈਂ ਆਪ ਥੋੜ੍ਹੇ ਦਿਨ ਪਹਿਲਾਂ ਬਾਬਾ ਜੀ ਨੂੰ ਮਿਲ ਕੇ ਗਿਆ ਵੀ ਬਾਬਾ ਜੀ ਇਲਾਕੇ ਦੇ ਵਿੱਚ ਮੈਂ ਵੀ ਸੰਗਤ ਦੇ ਬਹੁਤ ਲੰਬੇ ਸਮੇਂ ਬਾਅਦ ਦਰਸ਼ਨ ਕਰਨੇ ਚਾਹੁੰਦਾ ਬਾਹਰ ਦੇ ਮੁਲਕਾਂ 'ਚ ਮੈਂ ਕਰ ਆਇਆ ਇੱਥੇ ਸੰਗਤਾਂ ਦੇ ਦਰਸ਼ਨ ਕਰਾਓ ਉਹਨਾਂ ਨੇ ਬੜੀ ਗੁਜ਼ਾਰਿਸ਼ ਦਾ ਟਾਈਮ ਕੱਢ ਕੇ ਆਖਣ ਲੱਗੇ ਇਨਵਾਈਟ ਫਾਰ ਦੇ ਸਾਊਂਡ ਰਿਸਪੈਕਟ ਵੈਲਕਮ ਜੂ ਭਾਈ ਅਮਰਜੀਤ ਸਿੰਘ ਉਹੋ ਹੀ ਦਰ ਹੈ ਜਿਹੜੇ ਦਰ ਤੇ ਤੂੰ ਆਉਂਦਾ ਰਿਹਾ ਆ ਇੱਥੇ ਭਾਵੇਂ ਜਿੰਨਾ ਬਣਦਾ ਸਰਦਾ ਟਾਈਮ ਆ ਤੈਨੂੰ ਦੇ ਕੇ ਇਨਵਾਈਟ ਕੀਤਾ ਜਾਏਗਾ ਗੱਜ ਕੇ ਸਤਨਾਮ ਇਹ ਟਾਈਮ ਬੜਾ ਕੀਮਤੀ ਜੇ ਮੈਂ ਦੋ ਚੀਜ਼ਾਂ ਕਹਿਣੀਆਂ ਉਹਨਾਂ ਦੀ ਪੰਜਵੀਂ ਪੁਸ਼ਤ ਹੈ ਬਾਬਾ ਵੀਰ ਸਿੰਘ ਜੀ ਦੀ ਪੰਜਵੀਂ ਪੁਸ਼ਤ ਬਾਬਾ ਸੁਰਿੰਦਰ ਸਿੰਘ ਜੀ ਬੜੇ ਸਤਿਕਾਰੇ ਤੇ ਨਵਾਜੇ ਉਹਨਾਂ ਦੇ ਵੱਲੋਂ ਬੇਅੰਤ ਮਾਇਆ 100 ਰੁਪਇਆ ਹਾਜ਼ਰੇ ਪਿਆਰ ਹਾਜ਼ਰਿਆ ਮੈਂ ਹਾਰਦਿਕ ਤੌਰ 'ਤੇ ਉਹਨਾਂ ਦੇ ਸੁਨੇਹ ਦਾ ਧੰਨਵਾਦ ਕਰਦਾ ਅਤੇ ਅਰਦਾਸ ਕਰਦਾ ਪਾਤਸ਼ਾਹ ਉਹਨਾਂ ਦੀ ਚੜ੍ਹਦੀ ਕਲਾ ਲਈ ਉਹਨਾਂ ਦੀ ਸਿਹਤ ਜਾਬੀ ਲਈ ਅਰਦਾਸ ਹੈ ਸਤਿਗੁਰਾਂ ਦੇ ਚਰਨਾਂ ਵਿੱਚ ਬਿਰਥੀ ਕਦੇ ਨਾ ਹੋਵੀ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣ ਤਵਾਸ ਮਨ ਵੇਚੇ ਸਤਿਗੁਰ ਕਿਰਪਾਸ ਤੇ ਸੇਵਕ ਕੇ ਕਾਰਜ ਰਾਸ ਆਓ ਸਾਰੇ ਇੱਕ ਵਾਰੀ ਰਲ ਕੇ ਅਰਦਾਸ ਕਰੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਜਿਨ੍ਹਾਂ ਨੇ ਬਾਕੀ ਸਿੰਘਾਂ ਨੇ ਵੀ ਮਾਇਆ ਭੇਜੀ ਆ ਉਹਨਾਂ ਦੀ ਵੀ ਅਰਦਾਸ ਹੋ ਗਈ ਨਾ ਹੁਣ
ਸਾਰਿਆਂ ਦੇ ਮੈਂ ਜਾਣਦਾ ਨਹੀਂ ਸਟੇਟ ਸੈਕਟਰੀ ਬੜੇ ਕਾਬਲ ਹੈ ਇੱਕ ਜਣੇ ਇੱਧਰ ਬੈਠੇ ਆ ਮੇਰੇ ਬੜੇ ਪੁਰਾਣੇ ਮਿੱਤਰ ਆ ਤੇ ਇੱਕ ਜਣੇ ਉੱਧਰ ਬੈਠਿਆ ਹੁਣ ਮੈਨੂੰ ਟਾਈਮ ਤੋਂ ਬੜਾ ਡਰ ਲੱਗਦਾ ਕਿ ਮੈਂ ਬਹੁਤਾ ਟਾਈਮ ਵੀ ਤੁਹਾਡੇ ਕੋਲ ਨਹੀਂ ਲਾਉਣਾ ਪਰ ਖੰਡੇਰਾ ਪੌਲ ਪਲਾ ਕੇ ਸਾਜਿਆ ਜਿਸਨੇ ਪੰਥ ਨਿਰਾਲਾ ਹੈ ਬਾਕ ਸਥਿਤੀ ਜਾਗਦੀ ਸਰਦਾਰੀ ਇੱਕ ਹੱਥ ਤੇਗ ਦੂਜੇ ਹੱਥ ਮਾਲਾ ਹੈ ਸੰਤ ਵੀ ਆ ਤੇ ਸਿਪਾਹੀ ਵੀ ਇੱਕ ਹੱਥ ਤੇਗ ਦੂਜੇ ਹੱਥ ਮਾਲਾ ਹੈ ਇੱਟਾਂ ਦੀ ਤਾਂ ਹੱਡੀਆਂ ਲਾਈਆਂ ਕੌਮ ਦਾ ਕੀਤਾ ਮਹਿਲ ਅਜਾਲਾ ਹੈ ਸਾਰੀ ਸੰਗਤ ਗੱਜ ਕੇ ਕਹਿ ਦਿਓ ਧੰਨ ਗੁਰੂ ਸਾਹਿਬ ਕਲਗੀਆਂ ਜਿਸ ਅੰਮ੍ਰਿਤ ਦੀ ਸ਼ਕਤੀ ਨੇ ਵੈਰੀ ਦੇ ਦੰਦ ਭੁਆ ਤੇ ਸਾਡੇ ਨਲਵੇ ਸ਼ੇਰ ਬਹਾਦਰ ਨੇ ਕਾਬਲ ਵਿੱਚ ਝੰਡੇ ਲਾ ਤੇ ਜੇ ਅੰਮ੍ਰਿਤ ਦੀ ਸ਼ਕਤੀ ਤੱਕਣੀਆਂ ਉਹ ਫੂਲਾ ਸਿੰਘ ਵੱਲ ਤੱਕੀ ਜਾ ਜੇ ਵਾਂਗ ਸਿੰਘਾਂ ਦੇ ਜੂਣਾ ਅੰਮ੍ਰਿਤ ਦੇ ਬਾਟੇ ਛੱਕੀ ਜਾ ਜਿਹਨਾਂ ਅੰਮ੍ਰਿਤ ਛੱਕ ਲਿਆ ਖੰਡੇ ਦਾ ਉਹਨਾਂ ਤਨ ਤੋਂ ਫਾੜ ਕਰਾਣੇ ਨੇ ਤੇ ਤਾਰੂ ਸਿੰਘ ਜਿਹਾ ਬਹਾਦਰਾਂ ਨੇ ਰੰਬਿਆਂ ਨਾਲ ਸਿਰ ਪੜਵਾ ਲਏ ਤੁਹਾਡੇ ਇਲਾਕੇ ਦਾ ਇਤਿਹਾਸ ਜਿੰਨੀ ਅਰਦਾਸ ਹੈ ਨਾ ਜਿਹੜੀ ਅਸੀਂ ਅਰਦਾਸ ਸੁਣਦੇ ਹਾਂ ਹਰਿਮੰਦਰ ਸਾਹਿਬ ਤੋਂ ਗੁਰਦੁਆਰਾ ਸਾਹਿਬ ਤੋਂ ਬੈਠ ਕੇ ਇਹ ਤੁਹਾਡੇ ਮਾਝੇ ਦੀ ਹੈ ਜੋ ਅੰਮ੍ਰਿਤਸਰ ਦੀ ਪਾਵਨ ਧਰਤੀ ਨੂੰ ਤੁਰ ਪਓ ਕੰਨੀ ਦੇ ਨਾਲ ਲੱਗ ਜਾਓ ਸਾਰੀ ਅਰਦਾਸ ਤੁਹਾਡੀ ਹੈ ਗੱਜ ਕੱਕ ਸਤਨਾਮ ਸ੍ਰੀ ਖਾਲਸਾ ਜੀ ਜਿਨ੍ਹਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਤਿਆਰ ਬਾਰ ਤਿਆਰ ਹੋਏ ਉਹਨਾਂ ਤਨ ਤੋਂ ਫਾੜ ਕਰਾ ਲਏ ਤਾਰੂ ਸਿੰਘ ਜਿਹਾ ਬਹਾਦਰਾਂ ਨੇ ਰੰਬਿਆਂ ਨਾਲ ਸਿਰ ਪੜਵਾ ਲਏ ਵੇਖ ਲਓ ਆਪਣਾ ਇਤਿਹਾਸ ਅਮਰ ਸਿੰਘਾ ਤੂੰ ਮੰਨਦਾ ਨਹੀਂ ਤੱਕ ਲਖਾ ਇੱਕ ਨਵੀਂ ਰਵਾਨੀ ਆਵੇਗੀ ਜੇ ਅੰਮ੍ਰਿਤ ਛੱਕ ਲਏ ਖੰਡੇ ਦਾ ਫਿਰ ਨਵੀਂ ਜਵਾਨੀ ਆਵੇਗੀ ਆ ਬਾਬਾ ਦੀਪ ਸਿੰਘ ਨੂੰ ਤੱਕ ਲਓ ਪਊ ਪਿੰਡ ਪਿੰਡ ਦੇ ਵਿੱਚ 80 ਸਾਲ ਦਾ ਬਜ਼ੁਰਗ ਬਾਪੂ ਤੇ ਖਾਲਸਾ ਜੀ ਫੜ ਕੇ ਖੰਡਾ ਕੀਤੀ ਅਰਦਾਸ ਤੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਖਿਆ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤੇਰੇ ਘਰ ਵਿੱਚ ਮੇਰਾ ਸਿਰ ਲੱਗ ਜਾਏ ਗੱਜ ਕੱਕ ਸਤਨਾਮ ਤੇ ਜਿਹੜੇ ਯੋਧੇ ਦੇ ਅਸੀਂ ਸਥਾਨ ਤੇ ਬੈਠੇ ਹਾਂ ਜਿਹੜੇ ਪਾਵਨ ਪਵਿੱਤਰ ਸਥਾਨ ਤੇ ਅਸੀਂ ਅੱਜ ਉਹਨਾਂ ਦੇ ਚਰਨ ਝਾੜਦੇ ਹਾਂ ਉਹਨਾਂ ਨੂੰ ਮੁਬਾਰਕ ਜਿਨ੍ਹਾਂ ਨੇ ਆਪਣਾ ਧਰਮ ਦੀ ਖਾਤਰ ਆਪਣਾ ਦਿਲ ਤੁਹਾਡੇ ਕੋਲ ਰੱਖ ਦਿੱਤਾ ਆਪਣਾ ਸੀਸ ਤੁਹਾਡੇ ਕੋਲ ਰੱਖ ਦਿੱਤਾ ਆਪਣਾ ਆਪ ਸਮਰਪਿਤ ਕਰ ਦਿੱਤਾ ਖਾਲਸਾ ਪੰਥ ਨੂੰ ਖਾਲਸਾ ਪੰਥ ਕਿਹੜਾ ਖਾਲਸਾ ਖਾਸ ਕਹਾਵੇ ਸੋਈ ਜਾ ਕੇ ਹਿਰਦੇ ਭਰਮ ਨਾ ਹੋਈ ਪਰਮ ਪੇਖ ਤੇਰੇ ਨਿਆਰਾ ਸੋਈ ਖਾਲਸਾ ਸਤਿਗੁਰੂ ਹਮਾਰਾ ਖਾਲਸਾ ਉਹ ਨਹੀਂ ਮੜੀਆਂ ਤੇ ਚਲ ਗਿਆ ਤਾਂ ਵੀ ਖਾਲਸਾ ਜੇ ਫਲਾਣੇ ਦੇ ਚਲ ਗਿਆ ਤਾਂ ਵੀ ਖਾਲਸਾ ਢੀਂਗੜੇ ਦੇ ਚਲ ਗਿਆ ਤਾਂ ਵੀ ਖਾਲਸਾ ਉਹ ਖਾਲਸਾ ਨਹੀਂ ਵੀ ਡੱਬਾ ਫੜ ਕੇ ਤੇ ਜਿੱਧਰ ਨੂੰ ਮਰਜ਼ੀ ਤੁਰ ਪਿਆ ਤੇ ਉੱਧਰ ਨੂੰ ਖਾਲਸਾ ਤੁਰ ਪਿਆ ਇਹ ਖਾਲਸਾ ਨਹੀਂ ਖਾਲਸਾ ਬਾਬਾ ਵੀਰ ਸਿੰਘ ਖਾਲਸੇ ਤੁਸੀਂ ਜਿਹੜੇ ਉਹਨਾਂ ਦੀ ਜਨਮ ਭੂਮੀ ਤੇ ਬੈਠੇ ਹੋ ਲਓ ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੋ ਚੀਜ਼ਾਂ ਦੋ ਕਹਿਣੀਆਂ ਕਹਿ ਕੇ ਸਮਾਪਤੀ ਕਰ ਦੇਣੀ ਹੈ ਇੱਕ ਵਾਰ ਕਹਿਣੀ ਹੈ ਇੱਕ ਮਾਈਆ ਕਹਿਣ ਲੱਗੇ ਹਿਸਟਰੀ ਬੜੀ ਲੰਬੀ ਹੈ ਇਸ ਪਾਵਨ ਪਵਿੱਤਰ ਗੁਰਸਿੱਖ ਨੇ ਆਪਣਾ ਜੀਵਨ ਜੀਆ ਜੀਵਨ ਕਿਸ ਤਰ੍ਹਾਂ ਜੀਆ ਇਸੇ ਨਗਰ ਤੋਂ ਮੈਂ ਪੜ੍ਹ ਰਿਹਾ ਸਾ ਹਿਸਟਰੀ ਇੱਕ ਦਿਨ ਵੀ ਸਾਢੇ ਸੱਤ ਮਣ ਲੰਗਰ ਦਾ ਤੇ 250 ਮਤਲਬ ਮਣ ਦਾਲ ਨਰੰਗਾਬਾਦ ਜਿਹੜਾ ਲੰਗਰ ਸ਼ੁਰੂ ਕੀਤਾ ਸੀ ਗੱਜ ਕੱਕ ਸਤਨਾ ਲੰਗਰ ਦੀ ਪ੍ਰਥਾ ਬਾਬਾ ਜੀ ਨੇ ਚਲਾਈ ਹੈ ਅੱਜ 360 ਗੁਰਦੁਆਰਿਆਂ 'ਚ ਬਾਬਾ ਜੀ ਦੀ ਉਪਮਾ ਹੋ ਰਹੀ ਹੈ ਜਿਉਣਾ ਨੇ ਅੱਜ ਉਹਦੇ ਤੁਸੀਂ ਉਹਨਾਂ ਦੀ ਜਨਮ ਭੂਮੀ 'ਤੇ ਬੈਠੇ ਹੋ ਤੁਹਾਡਾ ਖਾਲਸਾ ਤੁਸੀਂ ਖਾਲਸਾ ਰੂਪ ਬੈਠੇ ਹੋ ਕਿ ਉਹਨਾਂ ਦਾ ਖਾਲਸਾ ਜੀਵਨ ਮਨਾ ਰਹੇ ਹੋ ਜਰਾ ਪਿਆਰ ਸਤਿਕਾਰ ਦੇਣ ਨਾਲ ਸਰਵਣ ਕਰੋ ਅਰਜ਼ ਕਰਨ ਲੱਗੇ ਕੰਵਰ ਕਸ਼ਮੀਰਾ ਸਿੰਘ ਨੇ ਨਾ ਅਰਜ਼ ਕੀਤੀ ਕੰਵਰ ਕਸ਼ਮੀਰਾ ਸਿੰਘ ਅਤਰ ਸਿੰਘ ਇਹ ਜਦੋਂ ਇਹਨਾਂ ਨੇ ਅਰਜ਼ ਕੀਤੀ ਨਾ ਸਤਾਇਆ ਨੇ ਅਰਜ਼ ਆਣ ਕੇ ਕੀਤੀ ਤੇ ਕਸ਼ਮੀਰਾ ਸਿੰਘ ਹੱਥ ਜੋੜ ਕੇ ਨਾ ਗੋਡਿਆਂ ਤੇ ਟਿਕ ਗਿਆ ਸੰਤੋਖ ਟਿਕ ਪਿਆ ਬਾਬਾ ਜੀ ਦੇ ਚਰਨਾਂ ਵਿੱਚ ਆਖਣ ਲੱਗਾ ਬਾਬਾ ਜੀ ਸ਼ਰਨ ਆਇਆਂ ਦੀ ਲਾਜ ਰੱਖੋ ਜਰਾ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੋ ਜਿਵੇਂ ਭਾਈ ਕਸ਼ਮੀਰਾ ਕੰਵਰ ਕਸ਼ਮੀਰਾ ਸਿੰਘ ਸਤਿਗੁਰਾਂ ਦੇ ਚਰਨਾਂ ਵਿੱਚ ਉਸ ਮਹਾਨ ਧਰਮੀ ਸਿੱਖ ਦੇ ਚਰਨਾਂ ਵਿੱਚ ਖਲੋ ਕੇ ਬਾਬਾ ਜੀ ਦੇ ਸ਼ਰਨ ਵਿੱਚ ਆ ਕੇ ਗੱਲਾਂ ਕਰ ਰਿਹਾ ਉਹਦਾ ਵੇਰਵਾ ਗੁਰਦਾਸਪੁਰੀ ਦਾ ਢਾਡੀ ਜਥਾ ਹੈ ਨੈਣੋ
ਸ਼ਮ ਸ਼ਮ ਵੇ ਲਗਾ ਬਾਬਾ ਜੀ ਦੇ ਮੋਢੇ ਲੱਗ ਕੇ ਕਸ਼ਮੀਰਾ ਸਿੰਘ ਕਹਿਣ ਲਗਾ ਬਾਬਾ ਜੀ ਦੇ ਮੋਢੇ ਲੱਗ ਕੇ ਕਸ਼ਮੀਰਾ ਸਿੰਘ ਕਹਿਣ ਲਗਾ ਦਮ ਦਿੱਤਿਆਂ ਦੇ ਬਾਅਦ ਨਹੀਂ ਦਮ ਮਿਲਦੇ ਬਿਨਾਂ ਦਮਾਂ ਦੇ ਧੋਣੇ ਨਹੀਂ ਧੋਏ ਜਾਂਦੇ ਬਾਅਦ ਖੁਸ਼ੀ ਦੇ ਹਾਸਿਆਂ ਨਹੀਂ ਜਾਂਦਾ ਰੋਣੇ ਬਾਅਦ ਨਹੀਂ ਗਮਾਂ ਦੇ ਰੋਏ ਜਾਂਦੇ ਦਰਦਾਂ ਬਾਅਦ ਨਹੀਂ ਕਾਲਜ ਛੇਕ ਪੈਂਦੇ ਉਹ ਛੇਕਾਂ ਬਾਅਦ ਨਹੀਂ ਮੋਤੀ ਪਰੋਏ ਜਾਂਦੇ ਸਰਬਦਾ ਗੁਲਾਮੀ ਦੇ ਖਾਲਸਾ ਦੀ ਅਣਖੀ ਕੌਮ ਦੇ ਬਾਅਦ ਨਹੀਂ ਧੋਏ ਜਾਂਦੇ ਪਰ ਜੀਮ ਜਿਨ੍ਹਾਂ ਨੂੰ ਮਾਹਣਾ ਬਾਜੂਆਂ ਦੇ ਖਤਰਾ ਉਹਨਾਂ ਨੂੰ ਜ਼ਬਰ ਤੇ ਜ਼ੇਰ ਨਾ ਕੀ ਹੋਵੇ ਸੂਰਮਾ ਆਵੇ ਮੈਦਾਨ ਅੰਦਰ ਮੋਜੀ ਉੱਠ ਕੇ ਲੜੇ ਦਲੇਰ ਨਾ ਕੀ ਉਹ ਕਿਹੜੇ ਨਿੱਤ ਦਰਿਆਵਾਂ ਦੇ ਤਰਨ ਵਾਲੇ ਖਤਰਾ ਉਹਨਾਂ ਨੂੰ ਘੁੰਮਣ ਤੇ ਘੇਰ ਨਾ ਕੀ ਸ਼ਰਫ ਕਦੇ ਦੀ ਕਿਉਂ ਨਹੀਂ ਬਣ ਸਕਦੀ ਗਿੱਦੜ ਕਰੇ ਮੁਕਾਬਲਾ ਮੇਰੀ ਰਾਣੀ ਨੂੰ ਲਿਆਓ ਬਾਬਾ ਜੀ ਪਾਣੀ ਬਚਾਓ ਤਰਸ ਰਹੀ ਜਾਣਿਓ ਸੇ ਦੀ ਬਚਾਓ ਬਾਬਾ ਜੀ ਪਾਣੀ ਬਚਾਓ ਤਰਸ ਰਹੀ ਜਾਣਿਓ ਸੇ ਦੀ ਬਚਾਓ ਬਾਬਾ ਜੀ ਮੇਰੀ ਰਾਣੀ ਨੂੰ ਤੇ ਆ ਗਿਆ ਸਤਿਗੁਰਾਂ ਦੇ ਮਹਾਨ ਸਿੱਖ ਦੇ ਚਰਨਾਂ ਵਿੱਚ ਤੇ ਜਿਹਨੇ ਖੰਡੇ ਪਾਟੇ ਦੀ ਤਾਕਲਾ ਹਾਸਲ ਕੀਤੀ ਹੈ ਉਹ ਫਿਰ ਮਨ ਦੀ ਪਰਵਾਹ ਨਹੀਂ ਕਰਦਾ ਖੰਡੇ ਦਾ ਅਰਥ ਅਰਬੀ ਭਾਸ਼ਾ ਦਾ ਸ਼ਬਦ ਹੈ ਖਾਲਸਾ ਜੀ ਸਾਰਾ ਖਾਲਸਾ ਪੰਥ ਸੁਣ ਲੈ ਮੈਂ ਗੱਲ ਜਿਹੜੀ ਕਰਨੀ ਹੈ ਡਿਕਸ਼ਨਰੀ ਦੇ ਮੁਤਾਬਕ ਕਰਨੀ ਹੈ ਪੜ੍ਹੀ ਲਿਖੀ ਗੱਲ ਕਰਨੀ ਹੈ ਤੇ ਸਿਧਾਂਤਾਂ ਦੇ ਪੂਰੀ ਉੱਤਰ ਦੀ ਖਾਲਸੇ ਦਾ ਅਰਥ ਭਾਈ ਦਾ ਅਰਥ ਗਿਆਨੀ ਦਾ ਅਰਥ ਗੁਰਮੁਖ ਦਾ ਅਰਥ ਅਸੀਂ ਜਿਹਨੂੰ ਮਰਜ਼ੀ ਖਾਲਸਾ ਜੀ ਆਖੀ ਜਾਂਦੇ ਪਰ ਯਾਦ ਰੱਖਿਆ ਜੇ ਬਾਬਾ ਜੀ ਦੇ ਕੋਲ ਆ ਕੇ ਕੰਵਰ ਕਸ਼ਮੀਰਾ ਸਿੰਘ ਨੇ ਆਖਿਆ ਬਾਬਾ ਜੀ ਮੇਰੀ ਰਾਣੀ ਪਾਣੀ ਤੋਂ ਬਗੈਰ ਮਰ ਚਲੀ ਹੀਰਾ ਸੋਨੇ ਬੜਾ ਸਤਾਇਆ ਹੈ ਇਹਦਾ ਕੋਈ ਠੋਸ ਹੱਲ ਕੇ ਲੱਭ ਕੇ ਦੱਸਿਆ ਜਾਏ ਬਾਬਾ ਜੀ ਦੇ ਚਰਨਾਂ ਵਿੱਚ ਖਲੋ ਕੇ ਕੰਵਰ ਕਸ਼ਮੀਰਾ ਸਿੰਘ ਜੋ ਅਰਜ਼ਾ ਕਰ ਰਿਹਾ ਉਹਦਾ ਵੇਰਵਾ ਗੁਰਦਾਸ ਹੀਰਾ ਸਿੰਘ ਦੱਸਤਾ ਸਿਆਲ ਕੋਟੋਂ ਰਾਤ ਨੱਸ ਕੇ ਤੁਹਾਡੇ ਡੇਰੇ ਉੱਤੇ ਆਇਆ ਸਿਆਲ ਕੋਟੋਂ ਰਾਤ ਨੱਸ ਕੇ ਤੁਹਾਡੇ ਡੇਰੇ ਉੱਤੇ ਆਇਆ ਉਹ ਸ਼ਰਨ ਆਏ ਤੇ ਕੰਠ ਲਾਏ ਜਿਹੜਾ ਸਤਿਗੁਰਾਂ ਦੇ ਸਿੱਖ ਦੀ ਸ਼ਰਨ ਵਿੱਚ ਆ ਗਿਆ ਨਾ ਕਿਸੇ ਖਾਲਸੇ ਦੀ ਸ਼ਰਨ ਵਿੱਚ ਆ ਗਿਆ ਪੜ੍ਹ ਲਓ ਇਤਿਹਾਸ ਹਰੀ ਸਿੰਘ ਜਥੇਦਾਰ ਬੈਠੇ ਕਿ ਕੌਮ ਦਾ ਕੋਈ ਇਤਿਹਾਸ ਪੜ੍ਹ ਲਓ ਔਖੀ ਬਣੀ ਤੇ ਔਖੀਆਂ ਘਾਟੀਆਂ ਦਾ ਕਵੀ ਸੰਤੋਖ ਸਿੰਘ ਜੀ ਨੇ ਬੜੀਆਂ ਸੁੰਦਰ ਲਾਈਨਾਂ ਲਿਖੀਆਂ ਚੂੜਾ ਮਨੀ ਨੇ ਔਖੀ ਬਣੀ ਤੇ ਔਖੀਆਂ ਘਾਟੀਆਂ ਦਾ ਹੋ ਕੇ ਚਾਨਣਾ ਪੰਥ ਵਿਖਾਉਣ ਵਾਲਾ ਫਿਲਮ ਸੈਂਕੜੇ ਸਾਲ ਦੀ ਘੜੀ ਅੰਦਰ ਐਨ ਅੱਖੀਆਂ ਅੱਗੇ ਲਿਆਉਣ ਵਾਲਾ ਹੋਈਆਂ ਬੀਤੀਆਂ ਗੱਲਾਂ ਪ੍ਰਾਣੀਆਂ ਦੀ ਨੂਰੀ ਟੈਕਲੀ ਦਲਕ ਦੀ ਚਲਕ ਚਲਕਾਉਣ ਵਾਲਾ ਕੌਮਾਂ ਸੁੱਤੀਆਂ ਨੂੰ ਔਖੀ ਬਣੀ ਉੱਤੇ ਝੂਣ ਝੂਣ ਕੇ ਸਿਰ ਜਗਾਉਣ ਵਾਲਾ ਕੌਮ ਬਾਜ ਜਿਸ ਦੀ ਨੀਰੀ ਲੋਥ ਹੁੰਦੀ ਛਿਪ ਜਾਣ ਤੇ ਵੀ ਮਜ਼ਬ ਅਦਾਸ ਹੁੰਦਾ ਜਿਸ ਨੂੰ ਕੌਮ ਦੀ ਜ਼ਿੰਦਗੀ ਆਖਦੇ ਨੇ ਸੱਚ ਪੁੱਛੇ ਤਾਂ ਉਹ ਇਤਿਹਾਸ ਹੁੰਦਾ ਤੁਹਾਡਾ ਇਤਿਹਾਸ ਸਤਿਗੁਰੂ ਕਲਗੀ ਵਾਲੇ ਪਾਤਸ਼ਾਹ ਨੇ ਐਸੀ ਲਹੂ ਦੀ ਰੰਗਣ ਵਿੱਚ ਰੰਗਿਆ ਹੈ ਜਿਹੜਾ ਸ਼ਰਨ 'ਚ ਆ ਗਿਆ ਨਾ ਜਹਾਂਗੀਰ ਕਿੱਡਾ ਬਾਦਸ਼ਾਹ ਸੀ ਯਾਦ ਰੱਖਿਆ ਜੀ 30 ਮਈ 1606 ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਤੱਤੀ ਤਵੀ ਤੇ ਸਾੜ ਦਿੱਤਾ ਉੱਪਰਦੀ ਦੇਗ ਵਿੱਚ ਕਾੜ ਦਿੱਤਾ ਕਰ ਦਿੱਤਾ ਤੁਹਾਡੇ ਗੁਰੂ ਨੂੰ ਖਾਲਸਾ ਜੀ ਐਸਾ ਇਤਿਹਾਸ ਐਸਾ ਰੰਗ ਚੜ੍ਹਿਆ
ऐसी कौम ने रंगड़ चढ़ाई, कौम की रंगड़ चढ़ गई, वो इतिहास रंग दे विच रंगिया गया। जरा प्यार सत्कार दे नाल सरवण करना जहांगीर बादशाह अकाल तख्त साहब दीआं पौड़ियां चढ़न लगा। सतगुरु गुरु हरगोबिंद साहब सच्चे पातशाह ने माता गंगा जी दे पैरां ते सिर रख दिता। जहांगीर ने मुकट लाया होया है, शाही लिबाश लाया होया है, ते सतगुरां दे चरणां विच सिर रखिया है। उन्ना चिर तक 500 मोहर रख के माता गंगा दे पैरां तो सिर नहीं चुकिया जहांगीर ने। गुरु अर्जन देव पातशाह नूं शहादत दा जाम पलाउण वाले ने जिन्ना चिर तक अपने पिछले गुनाहां दी माफी नहीं मंग ली खालसे दे कोल, ते जिहड़ा खालसे दी शरण विच आ गया ओह फिर निराश होके नहीं जांदा। चंगे स्टेज संचालक ते नाले मेरे बड़े पुराने मित्र है, हाँ जी ज्ञानी थी, मैं ताइयो आखिया ना नाल आ जा पहला ही काट के अगे रख देना उधर दे आ गए हुण मेरे मित्र है ना ये, ते ये भी चलो बथेरी माया तुहाडी है सब कुछ है। खालसा जी इधर धीर सिंह बैठे, उधर सूबा सिंह बैठे, कहिंदा टाइम हो गया भाई अमरजीत सिंह। मैं आख्या जी घड़ी तो मैं वेखी नहीं, पर अजे मेरा 8 मिनट टाइम रहिंदा जे गज के सतनाम बाबे दा टाइम 8 मिनट अद्धे घंटे घड़ियां चेक कर लो। मैं आ कह के एक वार कहानी है तो एक समाप्ति कर देनी आ। किते मिलदी ना कोई ताडे बाजों होए बाबा जी, मेरा आसरा न कोई ताडे बाजों होए बाबा जी, मेरा आसरा न कोई। लाली नहीं शहीदां दा खून चमके चमक रहियां जो फुल्लां ते लालियां ने, जो तां उन्हां दी मड़ी ते जागदियां ने जिन्हां कौम लई धर्म लई देश लई कलणा कालियां ने जीणा हुंदा ਉਹਨਾਂ ਨੂੰ ਲੋਕ ਯਾਦ ਕਰਦੇ ਆ, ਸਾਨੂੰ ਕੀ ਕਰਨਾ ਕਿਸੇ ਨੇ। ਖਾਲਸਾ ਜੀ ਯਾਦ ਰੱਖਿਆ ਜੀ ਮੈਨ ਇਜ਼ ਪਰਫੈਕਟ ਆਫ ਕਰੈਕਟਰ, ਜੀਵਨ ਹੀ ਇੱਕ ਜਾਂਚ ਹੈ। ਜਦੋਂ ਮੈਂ ਬਾਹਰ ਦੇ ਮੁਲਕ ਦੇ ਵਿੱਚ ਸੰਗਤਾਂ ਦੇ ਦਰਸ਼ਨ ਦਿਦਾਰੇ ਕਰਨ ਗਿਆ 2 ਵਾਰੀ ਗਿਆ, ਅਤੇ 6-7 ਦੇਸ਼ਾਂ ਦੇ ਵਿੱਚ ਤਕਰੀਬਨ ਕਨੇਡਾ ਦੂਹਰੇ ਤੀਰੇ ਸਾਰੇ, ਅਤੇ ਤੁਸਾਂ ਸੰਗਤਾਂ ਨੇ ਇੰਨਾ ਪਿਆਰ ਦਿੱਤਾ ਦਾਸ ਨੂੰ ਵੀ ਗੁਰੂ ਪਾਤਸ਼ਾਹ ਦੀ ਕਿਰਪਾ ਦੇ ਗੁਰੂ ਦੇ ਹਜ਼ੂਰ ਖਲੋਤਾ ਜਿਸ ਤਰ੍ਹਾਂ ਬਾਬਾ ਜੀ ਨੇ ਪਿਆਰ ਦਿੱਤਾ, ਬਾਬਾ ਜੀ ਦੇ ਡੇਰੇ ਨੇ ਪਿਆਰ ਦਿੱਤਾ ਹੈ। ਇਹਨਾਂ ਲੰਗਰ ਛੱਕ ਕੇ ਤ੍ਰਿਪਤ ਹੋਏ, ਇੱਕ ਵਾਰੀ ਸਾਰੀ ਸੰਗਤ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮੈਂ ਇੱਕ ਚੀਜ਼ ਕਹਿ ਕੇ ਸਮਾਪਤੀ ਕਰਦੇ ਲੱਗਾ, ਬੜੇ ਪਿਆਰ ਦੇ ਨਾਲ ਸਰਵਣ ਕਰ ਲਓ। ਜਿਉਣਾ ਹੁੰਦਾ ਹੈ, ਮੌਤ ਤੋਂ ਲੋਕ ਡਰਦੇ ਫਿਰਦੇ, ਮੌਤ ਜਿਹੜੀ ਹੈ ਨਾ ਆ ਕੇ ਰਹਿਣੀ, ਅਤੇ ਜਦੋਂ ਕੋਈ ਆ ਗਿਆ ਨਾ ਸ਼ਰਨ ਦੇ ਵਿੱਚ, ਅਤੇ ਇਹਨਾਂ ਨੇ ਗਲਵੱਖੜੀ 'ਚ ਲਿਆ ਸਿੰਘਾਂ ਨੇ, ਅਤੇ ਆਖਿਆ ਤੇਰੀ ਸੇਵਾ ਵੀ ਕਰਦੇ ਹਾਂ, ਤੇਰਾ ਸਿਮਰਨ ਵੀ ਪੂਰਾ ਆ ਜਾ, ਤੈਨੂੰ ਲੰਗਰ ਵੀ ਛਕਾਉਂਦੇ ਹਾਂ ਅਤੇ ਤੈਨੂੰ ਰਹਿਣ ਨੂੰ ਵੀ ਥਾਂ ਦਿੰਦੇ, ਹੋਰ ਨਹੀਂ ਕਿਤੇ ਮਿਲਦਾ। ਯਾਦ ਰੱਖਿਆ ਜੀ ਇਹ ਹੀ ਘਰ ਆ, ਸੋ ਦਰ ਤੇਰਾ ਕਿਹਾ ਸੋ ਘਰ ਕਿਹਾ, ਜਿੱਤ ਬਹਿ ਸਰ ਸੰਭਾਲੇ ਜਿੱਥੇ ਸਾਰਿਆਂ ਸੁੱਖਾਂ ਦਾ ਪ੍ਰਵੇਸ਼। ਬਾਬਾ ਜੀ ਇੱਧਰ ਆ ਜਾਓ। ਸਤਿਗੁਰੂ ਪਾਤਸ਼ਾਹ ਬੇਅੰਤ ਮਾਇਆ ਹੋਰ ਗੁਰਸਿੱਖਾਂ ਨੂੰ ਹਾਜ਼ਰ ਹੋਈ ਹੈ, ਮੈਂ ਸਮਾਪਤੀ ਕਰਦਾ। ਹਾਂਜੀ ਬੜੇ ਪਿਆਰ ਦੇ ਨਾਲ ਸਰਵਣ ਕਰੋ, ਜਿਹੜੀ ਮੌਤ ਲੈਣੇ ਕੁੱਲ ਦੁਨੀਆਂ ਨੂੰ ਖਾ ਲਿਆ, ਮੌਤ ਤੋਂ ਡਰਦੇ ਹਾਂ ਪਰ ਮੌਤ ਤੋਂ ਬਾਬਾ ਵੀਰ ਸਿੰਘ ਤਿਆਰ ਬਾਰ ਤਿਆਰ ਹੋ ਕੇ ਮੁੱਠਿਆਂ ਵਾਲੇ ਪਹੁੰਚੇ, ਇਤਿਹਾਸ ਬੜਾ ਲੰਬਾ ਹੈ। ਆਹ ਮੈਂ ਚੀਜ਼ ਇੱਕ ਵਾਰ ਘੁਆ ਕੇ ਸਮਾਪਤੀ ਕਰਦੇ ਲੱਗਾ, ਜਿਹੜੀ ਮੌਤ ਡੈਨੇ ਕੁੱਲ ਦੁਨੀਆਂ ਨੂੰ ਖਾ ਲਿਆ, ਇੱਕ ਦਿਨ ਸੋਚ ਮਨਾਓ ਤੇਰੇ ਸਿਰ ਵੀ ਆਉਣੀ, ਇੱਕ ਦਿਨ ਚੜ੍ਹ ਕੇ ਫੌਜਾਂ ਆਉਣੀਆਂ ਰਜਰਾਈਲ ਦੀਆਂ, ਘੈਂਟੀ ਖਤਰੇ ਦੀ ਜਾਂ ਧਰਮਰਾਜ ਖੜਕਾਉਣੀ, ਕਾਲ ਬਲੀ ਦੇ ਜਹਾਜ਼ ਵੀ ਇੱਕ ਦਿਨ ਬੰਬ ਸਾਵਣਗੇ, ਤੇਰੀ ਬਣੀ ਹਵੇਲੀ ਆ ਕੇ ਜਮਾਂ ਨੇ ਢਾਉਣੀ, ਉਹ ਤੇਰਾ ਚਿੱਤ ਨਹੀਂ ਕਰਨਾ ਭਰਿਆ ਮੇਲਾ ਛੱਡਣ ਨੂੰ, ਪਾਜੇ ਪਾ ਕੇ ਨਾਲ ਜਮਾਂ ਦੇ ਬਹਿਜੀ ਗਾੜ ਆਉਣੀ, ਆਖੇ ਉਹਨਾਂ ਦੇ ਤਾਂ ਕਿਲਾ ਪੁਰਾਣਾ ਛੱਡਣਾ ਨਹੀਂ, ਉਹ ਫਾਲਾ ਕੁੱਟੀ ਦਾ ਜੇ ਖੂਬ ਲਾਉਣਗੇ ਤਾਉਣੀ, ਇੱਕ ਦਿਨ ਵਾਸਾ ਹੋਣਾ ਤੇਰਾ ਵਿੱਚ ਮਛਾਣਾ ਦੇ ਪੈ ਜੂ ਉਮਰ ਛੋੜਾ ਸੱਚ ਦੀ ਬਾਤ ਬਚਾਉਣ, ਜਿਹੜੀ ਘਰ ਦੀ ਨੂੰ ਤੂੰ ਕਹਿਣਾ ਮੇਰੀ ਘਰ ਦੀ ਹੈ।
मर गया पिछों भी प्रेत प्रेत करलाउणे जेड़े सके भरावां दा तू माण है करदा होए तेरे सके भरावां बाल के तीली लाउणी शरबत संदल दियां भरियां रहणियां बोतलां वेले हसरत तैनूं पौ ना कोटर गाउणी ओ कुंडा हाथ विच चादर रखणी मिलू ना मोढ़ियां ते इक दिन जित्ती रहणी तेरी पग रगाउणी लै लै बैग गहने ते किन्ना वधा लै पैली नूं ओ साढे तीन हाथ तों गिरवी वध नहीं आउणी चित्र गुप्त गवाहियां ठोक ठोक के दे देणगे ओ मंदे कम्मां दी जां पै गई लिस्ट विखाउणी उत्थे पाई पाई दा करना साहब नीमा ने कचहरी धर्मराज दी पेशी पो भुगताउणी ते तू ही दान पुन कोई कर ला भाई अमरसिया ते मर गया पिछों माया किसे काम नहीं नेकी धर्म सच्चाई ते जो डट के रहिंदे है मरिया तों ही पिछों लोकी चंगा कहिंदे है ओ चंद चौदे दा चंद मिंट लई जो दिंदा रशनाइयां ने तक लै उहनू इक बदी ने कालियां दागां लाइयां ने बाबा जी होके घोड़े ते सवार पहुंचे मुठिया आले मैदान दे विच त्यार बार त्यार होके कबर कश्मीरां सोरे जोड़िया हाथां दी लाज रखण दे लई इधरों झाफे दे नाल ना आख्या हीरा सिंह नूं पेश करना है लंबा इतिहास है ये लाहौर दे विच पेश इहनूं करना है ते जदों जरनल कोर्ट ने सारी गल सुनी ना भी बाबा जी दे डेरे तों चढ़ के बाबा जी आप आ रहे है ते जदों उहने हल्ला बोलिया डरी हल्ला इधर हल्ले का जवाब देने दे लई दकालन प्रनासी दयालक सरूपे सदांग संगे अपंगे पूते पढ़ के दौरा दे बाबा जी ने जवाब हे चलिया हो मेरी दादो तो
ਬਾਬਾ ਚੱਲੀਆਂ ਬਰੂ ਦੇ ਅੱਗਾ ਲੱਗੀਆਂ ਹਾਰੇ ਤੁੰਬਿਆਂ ਦੇ ਵਾਂਗ ਉੜਾ ਕਿਸੇ ਹੱਥ ਨੇ ਨੀ ਚੱਕਿਆ ਜਵਾਨ ਨੇ ਕਿਸੇ ਹੱਥ ਨੇ ਨੀ ਚੱਕਿਆ ਜਵਾਨ ਨੇ ਹਾ ਝਾੜਾ ਮਨ ਦੇ ਸ਼ਹੀਦੀਆਂ ਪਾ ਬੱਚਾ ਇੱਕ ਬਾਬੇ ਜੀ ਦੀ ਲੱਤ ਦੇ ਹਾ ਸੱਜੇ ਪੱਟ ਤੋਂ ਟੁੱਟੀ ਲੱਤਿਆ ਬਚੀਆਂ ਅਠਾਰਾਂ ਹੋਰ ਗੋਰੀਆਂ ਬਚੀਆਂ ਅਠਾਰਾਂ ਹੋਰ ਗੋਰੀਆਂ ਹਰ ਰੂਪ ਪਹੁੰਚੀ ਸੱਚ ਖੰਡ ਵਿੱਚ ਜਾ ਯਾਦ ਰਹਿੰਦੀਆਂ ਰਹਿੰਦੀਆਂ ਵਾਹੀਓ ਜਾ ਤੇਰੀਆਂ ਹਾਂ ਜੀ ਹਾਂ ਵਾ ਦੁਨੀਆਂ ਜਾ ਸਿੱਖੀ ਖੰਡੇ ਦੀ ਧਾਰ ਤੋਂ ਬੜੀ ਤਿੱਖੀ ਤੇ ਸਿੱਖੀ ਸਿਦਕ ਨਵਾਵਣਾ ਬੜਾ ਔਖਾ ਚੜ ਕੇ ਚੜਖੜੀ ਤੇ ਸਤਨਾਮ ਕਹਿਣਾ ਤੇ ਡਾਂਗਾ ਸਰੀਰ ਠਾਵਣਾ ਬੜਾ ਔਖਾ ਜਿਉਂਦੇ ਜੀ ਸੜ ਜਾਵਣਾ ਭੱਠੀਆਂ 'ਚ ਰੇਤਾ ਸਰੀ ਪਵਾਉਣਾ ਬੜਾ ਔਖਾ ਇਹਨਾਂ ਸਾਰੀਆਂ ਛੇਜਾਂ ਨੂੰ ਮਾਤ ਕਰਕੇ ਦਿਲ ਭਰ ਸਿੱਖ ਖਵਾਉਣਾ ਬੜਾ ਔਖਾ ਸਿੱਖੀ ਦੀ ਬਾਤ ਹੈ ਇਹ ਬੜੀ ਲੰਬੀ ਹੈ ਮੈਂ ਜਥੇਦਾਰ ਸੂਬਾ ਸਿੰਘ ਜੀ ਜਥੇਦਾਰ ਧੀਰ ਸਿੰਘ ਜੀ ਮੇਰੇ ਬੜੇ ਸਤਿਕਾਰਯੋਗ ਅਤੇ ਬਾਬਾ ਜੀ ਦੇ ਸਤਿਕਾਰਯੋਗ ਸਪੁੱਤਰ ਬਾਬਾ ਸੁਰਿੰਦਰ ਸਿੰਘ ਜੀ ਸਾਹਿਬ ਨਾਲ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਸਾਰੀ ਸੰਗਤ ਦਾ ਧੰਨਵਾਦ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਪਵਿੱਤਰ ਹਜ਼ੂਰੀ ਦਾ ਧੰਨਵਾਦ ਆਓ ਟੇਕੋ ਮੱਥਾ ਦਾਸ ਅਮਰਜੀਤ ਸਿੰਘ ਗੁਰਦਾਸਪੁਰੀ ਦਾ ਢਾਡੀ ਜੱਥਾ ਤੁਹਾਡੇ ਕੋਲੋਂ ਫਤਿਹ ਬੁਲਾ ਕੇ ਇਜਾਜ਼ਤ ਲਵੇ ਅਗਲਾ ਪ੍ਰੋਗਰਾਮ ਸੈਕਟਰੀ ਸਾਹਿਬ ਦੱਸਣਗੇ ਬੜੇ ਕਾਬਲ ਨੇ ਅਤੇ ਬੁਲਾਓ ਫਤਿਹ ਕਿਸੇ ਵੀਰ ਨੂੰ ਐਡਰੈਸ ਦੀ ਲੋੜ ਹੋਵੇ ਲੈ ਸਕਦੇ ਇਸੇ ਤਰ੍ਹਾਂ ਸੰਗਤਾਂ ਦੀ ਵਿਚਰ ਕੇ ਸੇਵਾ ਕਰਦੇ ਹਾਂ ਗੱਜ ਕੇ ਬੁਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਅਮਰਜੀਤ ਸਿੰਘ ਜੀ ਢਾਡੀ ਜੱਥਾ ਜਿਹੜੇ ਕਿ ਸ਼੍ਰੋਮਣੀ ਕਮੇਟੀ ਦੇ ਪਹਿਲਾਂ ਪ੍ਰਬੰਧਕ ਰਹੇ ਨੇ ਮੈਂ ਧੰਨਵਾਦ ਕਰਦਾ ਤੁਹਾਡਾ ਅਤੇ ਹੁਣ ਆਉਣ ਵਾਲੇ ਜਥੇ ਨੂੰ ਮੈਂ ਜੀ ਐਂ ਕਹਾਂਗਾ ਸਾਡੀ ਸਟੇਜ 'ਤੇ ਪਹੁੰਚੇ ਨੇ ਬਾਬਾ ਸਰਾਮ ਸਿੰਘ ਜੀ ਮਾਲੂਵਾਲ ਵਾਲੇ ਅਸੀਂ ਸਟੇਜ ਵੱਲੋਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਸੋ ਆਹ ਕੁਝ ਸੇਵਾ 'ਚ ਮਾਇਆ ਹੀ ਹੈ ਉਹਨਾਂ ਦੇ ਨਾਮ ਹਨ ਰਤਨ ਸਿੰਘ ਜੀ ਫੌਜੀ 200 ਰੁਪਇਆ ਸੇਵਾ ਭੇਜਦੇ ਨੇ ਸਵਰਗਵਾਸੀ ਅਮਰ ਸਿੰਘ ਜੀ 100 ਰੁਪਇਆ ਸੇਵਾ 'ਚ ਔਰ 50 ਰੁਪਏ ਜਥੇ ਨੂੰ ਗੁਰਦਿਆਲ ਸਿੰਘ ਜੀ ਸੋਹਲ 100 ਰੁਪਇਆ ਸੇਵਾ ਵਿੱਚ ਔਰ 10 ਰੁਪਏ ਜਥੇ ਨੂੰ ਭੇਜਦੇ ਨੇ ਜਗਤਾਰ ਸਿੰਘ ਜੀ ਗਾਂਧੀ 2000 ਰੁਪਇਆ ਸੇਵਾ ਵਿੱਚ ਭੇਜਦੇ ਨੇ ਸਤਨਾਮ ਸਿੰਘ ਜੀ 100 ਰੁਪਇਆ ਹੌਲਦਾਰਾਂ ਦਾ ਹਾਥੀ ਵਾਲਾ ਸਿੰਘ 100 ਰੁਪਇਆ ਉਹ ਵੀ ਸੇਵਾ 'ਚ ਭੇਜਦੇ ਨੇ ਸੋ ਮੈਂ ਧੰਨਵਾਦ ਕਰਦਾ ਹਾਂ ਹੁਣ ਮੈਂ ਬੇਨਤੀ ਕਰਾਂਗਾ ਢਾਡੀ ਜਥਾ ਅੰਮ੍ਰਿਤਪਾਲ ਸਿੰਘ ਜੀ 20 ਮਿੰਟ ਵਾਸਤੇ ਸੰਗਤ ਦੇ ਦਰਸ਼ਨ ਕਰਨਗੇ ਭਾਈ ਅੰਮ੍ਰਿਤਪਾਲ ਸਿੰਘ ਜੀ ਤਰਨ ਤਾਰਨ ਵਾਲੇ
ਰਖੰਡੇ ਵਾਲੀ ਬਾਹ ਦੇ ਸਜਾਇਆ ਖਾਲਸਾ ਖੰਡੇ ਵਾਲੀ ਬਾਹ ਦੇ ਸਜਾਇਆ ਖਾਲਸਾ ਰਹੇ ਮਨ ਲਈ ਤਿਆਰ ਜਿਉਣ ਦੀ ਲਾਲਸਾ ਗੁਰਾ ਖੰਡੇ ਵਾਲੀ ਬਾਹ ਦੇ ਸਜਾਇਆ ਖਾਲਸਾ ਗੁਰਾ ਖੰਡੇ ਵਾਲੀ ਬਾਹ ਦੇ ਸਜਾਇਆ ਖਾਲਸਾ ਪੰਜ ਮਰ ਜੂੜਿਆ ਨੇ ਸੀਸ ਪੇਟ ਕੀਤੇ ਫਿਰ ਵਾਰੀ ਵਾਰੀ ਸਾਰਿਆਂ ਨੇ ਪੰਜ ਗੋਡ ਪੀਤੇ ਪਹਿਲਾਂ ਪੰਜ ਮਰ ਜੂੜਿਆ ਨੇ ਸੀਸ ਪੇਟ ਕੀਤੇ ਫਿਰ ਵਾਰੀ ਵਾਰੀ ਸਾਰਿਆਂ ਨੇ ਪੰਜ ਗੋਡ ਪੀਤੇ ਇਹ ਪਾਣੀ ਮਜਲੂਮ ਦੀ ਬਣੂਗੀ ਡਾਲਸਾ ਗੁਰ ਖੰਡੇ ਵਾਲੀ ਬੋਲ ਦੇ ਸਜਾਇਆ ਖਾਲਸਾ ਗੁਰਾ ਖੰਡੇ ਵਾਲੀ ਬੋਲ ਦੇ ਸਜਾਇਆ ਖਾਲਸਾ ਦੇਖੇ ਖੰਡੇ ਵਾਲੀ ਬਾਹ ਬੰਦਾ ਸਿੰਘ ਤਾਈ ਤੋੜਿਆ ਭਾਜੀ ਦਾ ਨੀ ਉਹਦਾ ਫਿਰ ਸੂਰ ਮੇਰੇ ਮੋੜਿਆ ਦੇਖੇ ਖੰਡੇ ਵਾਲੀ ਬਾਹ ਬੰਦਾ ਸਿੰਘ ਤਾਈ ਤੋੜਿਆ ਭਾਜੀ ਦਾ ਨੀ ਉਹਦਾ ਫਿਰ ਸੂਰ ਮੇਰੇ ਮੋੜਿਆ ਗੁਰੂ ਮਾਰੀ ਸਰਹੰਦ ਨੂੰ ਮਿਟਾਇਆ ਖਾਲਸਾ ਗੁਰਾ ਖੰਡੇ ਵਾਲੀ ਬੋਲ ਦੇ ਸਜਾਇਆ ਖਾਲਸਾ ਗੁਰਾ ਖੰਡੇ ਵਾਲੀ ਬੋਲ ਦੇ ਸਜਾਇਆ ਖਾਲਸਾ ਤੇਰੇ ਲਾਲਾਂ ਦਾ ਖੂਨ ਜੇ ਡੁੱਲਦਾ ਨਾ ਤੇਰੇ ਲਾਲਾਂ ਦਾ ਖੂਨ ਜੇ ਡੁੱਲਦਾ ਨਾ ਤੇ ਸਿਰ ਸਿੱਖੀ ਦਾ ਅੱਜ ਨਾ ਤਾਜ ਰਹਿੰਦਾ ਉਹ ਤਾਲੇ ਟੁੱਟਦੇ ਨਾ ਗੁਲਾਮੀਆਂ ਦੇ ਤੇ ਦੇਸ਼ ਅੱਜ ਵੀ ਉਵੇਂ ਮਥਾਜ ਰਹਿੰਦਾ ਨੌਵਾਂ ਗੁਰੂ ਜੇ ਬਲੀਦਾਨ ਨਾ ਦਿੰਦਾ ਤੇ ਜੰਯੂ ਲਾਉਣ ਦਾ ਅੱਜ ਰਿਵਾਜ ਰਹਿੰਦਾ ਦਸਮ ਪਾਤਸ਼ਾਹ ਸਰਬੰਸ ਨਾ ਵਾਰਦੇ ਜੇ ਤੇ ਅਮਰ ਅਜੇ ਵੀ ਮੁਗਲਾਂ ਦਾ ਰਾਜ ਰਹਿੰਦਾ ਦੀਨ ਦੁਨੀਆਂ ਦੇ ਮਾਲਕ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦ ਦੇ ਅੰਦਰ ਆਪਣੇ ਵੱਢ ਵਡੇਰਿਆਂ ਦਾ ਇਤਿਹਾਸ ਸਰਵਣ ਕਰ ਰਹੇ ਸਤਸੰਗੀ ਜਨੋ ਆਓ ਕੁਝ ਕਹਿਣ ਦੀ ਆਗਿਆ ਦਿਓ ਦੇਵਤਿਆਂ ਦੀ ਤਰ੍ਹਾਂ ਸਮਾਧੀਆਂ ਲਾ ਕੇ ਬੈਠੇ ਹੋ ਉਸ ਪਰਮਾਤਮਾ ਦੇ ਨਾਲ ਸੁਰਤੀ ਬਿਰਤੀ ਇਕਾਗਰ ਕਰੀਏ ਤੇ ਜਥੇ ਨੂੰ ਕੁਝ ਕਹਿਣ ਦੀ ਆਗਿਆ ਲੈ ਕੇ ਪਰਮਾਤਮਾ ਤੋਂ ਦਿਓ ਸਮੂਹ ਸੰਗਤ ਜੋੜੋ ਹੱਥ ਤੇ ਗਰਜਵੀਂ ਆਵਾਜ਼ ਵਿੱਚ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬ੍ਰਹਮ ਗਿਆਨੀ ਸੰਤ ਬਾਬਾ ਵੀਰ ਸਿੰਘ ਜਿਨ੍ਹਾਂ ਦੇ ਸ਼ਹੀਦੀ ਦਿਹਾੜੇ ਦੇ ਇਹ ਸਾਲਾਨਾ ਜੋੜ ਮੇਲੇ ਦੇ ਅੰਦਰ ਇਕੱਤਰ ਹੋ ਕੇ ਬੈਠੇ ਹੋ ਮੇਰੀ ਇੰਨੀ ਔਕਾਤ ਨਹੀਂ ਕਿ ਐਸੇ ਬ੍ਰਹਮ ਗਿਆਨੀ ਦਾ ਜੀਵਨ ਮੈਂ ਕਹਿ ਸਕਾਂ ਜਿਨ੍ਹਾਂ ਨੇ ਮਹਾਨ ਕੁਰਬਾਨੀ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਿਧਾਂਤਾਂ ਨੂੰ ਪਾਲਿਆ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਨੇ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੇ ਏਕਸ ਬਿਨ ਕੋਏ ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਦਾ ਬ੍ਰਹਮ ਗਿਆਨੀ ਕੌਣ ਸੀ ਸੰਤ ਬਾਬਾ ਵੀਰ ਸਿੰਘ ਜੀ ਇਤਿਹਾਸ ਦੀ ਘਟਨਾ ਪੜ੍ਹਦਿਆਂ ਗੱਲ ਯਾਦ ਆਈ ਕਿਸੇ ਮਨੁੱਖ ਨੇ ਬਾਬਾ ਵੀਰ ਸਿੰਘ ਨੂੰ ਸਵਾਲ ਕੀਤਾ ਆਖਿਆ ਬਾਬਾ ਜੀ ਬ੍ਰਹਮ ਗਿਆਨੀ ਕੌਣ ਹੁੰਦਾ ਹੈ ਬ੍ਰਹਮ ਗਿਆਨੀ ਕੀ ਕਰ ਸਕਦਾ ਹੈ ਤੇ ਬ੍ਰਹਮ ਗਿਆਨੀ ਸੰਤ ਬਾਬਾ ਵੀਰ ਸਿੰਘ ਜੀ ਨੇ ਆਖਿਆ ਸਮਾਂ ਆਉਣ ਤੇ ਇਸ ਸਵਾਲ ਦਾ ਜਵਾਬ ਦੇਵਾਂਗੇ ਉਹ ਸਮਾਂ ਆਇਆ 27 ਵਿਸਾਖ 7 ਮਈ 1844 ਨੂੰ
ਮੁੱਠੀਆਂ ਵਾਲੇ ਵਿਖੇ ਬਾਬਾ ਜੀ ਦੇ ਪੱਟ ਗੋਲਾ ਵੱਜਾ ਤੇ ਜਦੋਂ ਉਸ ਗੁਰਮੁਖ ਨੂੰ ਆਵਾਜ਼ ਮਾਰ ਕੇ ਕਹਿੰਦੇ ਸੰਤ ਬਾਬਾ ਵੀਰ ਸਿੰਘ ਜੀ ਹੈ ਗੁਰਮੁਖਾ ਉਰੇ ਆ ਤੈਨੂੰ ਦੱਸੀਏ ਬ੍ਰਹਮ ਗਿਆਨੀ ਕੌਣ ਹੁੰਦਾ ਹੈ ਜੇ ਤੂੰ ਕਵੇਂ ਤੇ ਸਰੀਰ ਸੜ ਦਈਏ ਜੇ ਤੂੰ ਕਵੇਂ ਤੇ ਅਸੀਂ ਖੜੇ ਹੋ ਕੇ ਤੁਰ ਪਏ ਉਹਨੇ ਹੱਥ ਜੋੜਿਆ ਹੱਥ ਜੋੜ ਕੇ ਆਖਿਆ ਸੰਤ ਬਾਬਾ ਵੀਰ ਸਿੰਘ ਜੀਓ ਅੱਜ ਪਤਾ ਲੱਗ ਗਿਆ ਹੈ ਬ੍ਰਹਮ ਗਿਆਨੀ ਕਿਵੇਂ ਦਾ ਹੁੰਦਾ ਹੈ ਬ੍ਰਹਮ ਗਿਆਨੀ ਕੀ ਕਰ ਸਕਦਾ ਹੈ ਜਿਹੜੇ ਰੱਬ ਨਾਲ ਇੱਕਮਿਕ ਹੋ ਜਾਂਦੇ ਨੇ ਨਾ ਸਾਡਾ ਨਿਸ਼ਾਨਾ ਕੀ ਹੈ ਰੱਬ ਬਣਨਾ ਹਰ ਜਨ ਐਸਾ ਚਾਹੀਏ ਜੈਸਾ ਹਰੀ ਹੋਏ ਬੰਦਾ ਰੱਬ ਵਰਗਾ ਚਾਹੀਦਾ ਤੇ ਰੱਬ ਕਦੋਂ ਬਣਨਾ ਹੈ ਜਦੋਂ ਗੁਣ ਬਾਬਾ ਵੀਰ ਸਿੰਘ ਵਰਗੇ ਮਹਾਨ ਪੁਰਸ਼ਾਂ ਵਰਗੇ ਗੁਣ ਸਾਡੇ 'ਚ ਪੈਦਾ ਹੋ ਗਏ ਰੱਬ ਕੀ ਕਰਦਾ ਹੈ ਰੱਬ ਕਦੀ ਕਿਸੇ ਨਾਲ ਵਿਤਕਰਾ ਨਹੀਂ ਕਰਦਾ ਕਦੀ ਕਿਸੇ ਦਾ ਮਾੜਾ ਨਹੀਂ ਕਰਦਾ ਇਹ ਗੁਣ ਨੇ ਰੱਬ ਦੇ ਤੇ ਰੱਬ ਬਾਰੇ ਪਤਾ ਕਿੱਥੋਂ ਚੱਲਦਾ ਹੈ ਤੇ ਰੱਬ ਕਰਦਾ ਕੀ ਹੈ ਰੱਬ ਨੇ ਪੈਦਾ ਕੀ ਕੀਤਾ ਹੈ ਰੱਬ ਨੂੰ ਪਾਉਣਾ ਕਿਵੇਂ ਹੈ ਸੰਸਾਰ ਦੇ ਅੰਦਰ ਕਿਹੜੀ ਕਿਹੜੀ ਵਸਤੂ ਰੱਬ ਨੇ ਪੈਦਾ ਕੀਤੀ ਕਿੱਥੋਂ ਪਤਾ ਲੱਗਦਾ ਹੈ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਕੋਲੋਂ ਇਹ ਵੱਡਾ ਸਿਧਾਂਤ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿਹੜੀ ਆਵਾਜ਼ ਮਾਰੀ ਸੀ ਨਾ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਸ ਨੂੰ ਅਮਲੀ ਜਾਮਾ ਪਹਿਨਾਇਆ ਦਸਾਂ ਪਾਤਸ਼ਾਹੀਆਂ ਨੇ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਪ੍ਰੈਕਟੀਕਲ ਕਰਕੇ ਵਿਖਾ ਦਿੱਤਾ ਹੈ ਆਵਾਜ਼ ਤੇ ਮਾਰੀ ਸੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਤੇ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਆਖਿਆ ਤੈਨੂੰ ਅੱਜ ਸੱਚੀ ਮੁੱਚੀ ਪ੍ਰੈਕਟੀਕਲ ਕਰਕੇ ਵਿਖਾਉਣਾ ਹੈ 1699 ਦੀ ਵਿਸਾਖੀ ਨੂੰ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਕੇਸਗੜ੍ਹ ਦੀ ਪਹਾੜੀ ਤੇ 80,000 ਦਾ ਇਕੱਠ ਹੈ ਤੇ ਆਵਾਜ਼ ਮਾਰੀ ਇੱਕ ਸੀ ਚਾਹੀਦਾ ਜਦੋਂ ਆਵਾਜ਼ ਮਾਰੀ ਪਹਿਲੀ ਆਵਾਜ਼ ਦੇ ਨਾਲ ਸਨਾਟਾ ਛਾ ਗਿਆ ਕੁਝ ਸਮੇਂ ਬਾਅਦ ਆ ਗਿਆ ਲਾਹੌਰ ਦੇ ਰਹਿਣ ਵਾਲਾ ਦਇਆ ਰਾਮ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਆਖਿਆ ਦਇਆ ਆ ਗਈ ਹੈ ਫਿਰ ਆਵਾਜ਼ ਮਾਰੀ ਤੇ ਫਿਰ ਧਰਮ ਆ ਗਿਆ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਤੀਜੀ ਆਵਾਜ਼ ਮਾਰੀ ਤੇ ਹਿੰਮਤ ਆ ਗਈ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਜੀ ਆਵਾਜ਼ ਮਾਰਦੇ ਨੇ ਮੋਹਕਮ ਆ ਗਿਆ ਤੇ ਕੀ ਬਣ ਗਿਆ ਸਹਿਬ ਤਰਤੀਬ ਵੇਖੋ ਦਾਤੇ ਦੀ ਪਹਿਲਾਂ ਦਇਆ ਆਈ ਫਿਰ ਧਰਮ ਆਇਆ ਤੇ ਫਿਰ ਕੌਮ ਦੇ ਬਾਹੂਬਲ ਦੇ ਅੰਦਰ ਡੌਲਿਆਂ ਦੇ ਅੰਦਰ ਹਿੰਮਤ ਆ ਗਈ ਹੈ ਇਹ ਸਿਧਾਂਤ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਅਮਾਰੀ ਆਵਾਜ਼ ਇਹਨੂੰ 239 ਸਾਲ ਸਮਾਂ ਲੱਗਾ ਬਾਬਾ ਵੀਰ ਸਿੰਘ ਜੀ ਸ਼ਹੀਦ ਹੁੰਦੇ ਨੇ ਨਾ ਇਹ ਸ਼ਹੀਦੀਆਂ ਦੀ ਪਿਰਤ ਸ਼ਹੀਦੀਆਂ ਦੀ ਜਾਗ ਕਿਹਨੇ ਲਾਈ ਸੀ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਜਿਨ੍ਹਾਂ ਦੇ ਲਖਤੇ ਜਿਗਰ ਇਸ ਧਰਤੀ ਤੇ ਆਏ ਛੇਵੇਂ ਗੁਰੂ ਹਰਗੋਬਿੰਦ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਇਤਿਹਾਸ ਪੜ੍ਹ ਰਿਹਾ ਸੀ ਜਿਨ੍ਹਾਂ ਦੇ ਵਰ ਦੇ ਨਾਲ ਜਿਨ੍ਹਾਂ ਦੇ ਬਚਨਾਂ ਦੇ ਨਾਲ ਇਹ ਮਹਾਨ ਹਸਤੀ ਨੇ ਜਨਮ ਲਿਆ ਸੀ ਕਿਹੜੀ ਮਹਾਨ ਹਸਤੀ ਸੰਤ ਬਾਬਾ ਵੀਰ ਸਿੰਘ ਜੀ ਗੁਰੂ ਰੂਪ ਸਾਧ ਸਿੰਘ ਜੀ ਉਹ ਇਹ ਨਗਰ ਗੱਗੋ ਬੂਆ ਤੁਹਾਨੂੰ ਮਾਣ ਕਰਨਾ ਚਾਹੀਦਾ ਹੈ ਅੱਜ ਦੁਨੀਆ ਦੇ ਅੰਦਰ ਤੁਹਾਡਾ ਨਾਮ ਹੈ ਜਿਸ ਬ੍ਰਹਮ ਗਿਆਨੀ ਨੇ ਤੁਹਾਡੇ ਨਗਰ ਦੇ ਅੰਦਰ ਜਨਮ ਲਿਆ ਹੈ ਉਸ ਬ੍ਰਹਮ ਗਿਆਨੀ ਨੇ ਬਹੁਤ ਸਾਰੇ ਨਗਰਾਂ ਦਾ ਨਾਮ ਆਪ ਰੱਖਿਆ ਹੈ ਮੈਨੂੰ ਬੜੀ ਵਾਰਾ ਮੌਕਾ ਮਿਲਿਆ ਹੈ ਤੁਸੀਂ ਜਾਣਦੇ ਹੋ ਨਗਰ ਖੀਰਾਂ ਵਾਲੀ ਪੈਂਦਾ ਹੈ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਇਸ ਨਗਰ ਦਾ ਪਿਛੋਕੜ ਕੀ ਹੈ ਤੇ ਉਹਨਾਂ ਨੇ ਮੈਨੂੰ ਦੱਸਣਾ ਕੀਤਾ ਹੈ ਉਹਨਾਂ ਆਖਿਆ ਇਸ ਨਗਰ ਦਾ ਕੋਈ ਨਾਮ ਨਹੀਂ ਸੀ ਕੋਈ ਇਹਨੂੰ ਚੰਡੀਗੜ੍ਹ ਕਹਿ ਕੇ ਮਜ਼ਾਕ ਨਾਲ ਬੁਲਾਉਂਦਾ ਸੀ ਕੋਈ ਦੱਬ ਵਾਲੀ ਕੋਈ ਝਾੜਾਂ ਵਾਲੀ ਤੇ ਮੈਂ ਆਖਿਆ ਖੀਰਾਂ ਵਾਲੀ ਨਾਮ ਕਿੱਦਾਂ ਪਿਆ ਉਹਨਾਂ ਆਖਿਆ ਰੱਬ ਦਾ ਸਭ ਬਣਿਆ ਹੈ ਇੱਕ ਰੱਬ ਨਾਲ ਰੱਤੀ ਹੋਈ ਰੂਹ ਆਈ ਸੰਤ ਬਾਬਾ ਵੀਰ ਸਿੰਘ ਜੀ ਉਹਨਾਂ ਨੇ ਨਗਰ ਦੇ ਵਿੱਚ ਲਾਇਆ ਡੇਰਾ ਹੈ ਤੇ ਕੁਝ ਬਜ਼ੁਰਗ ਦੁੱਧ ਲੈ ਕੇ ਗਏ ਨੇ ਖੀਰਾਂ ਲੈ ਕੇ ਗਏ ਤੇ ਬ੍ਰਹਮ ਗਿਆਨੀ ਸੰਤ ਬਾਬਾ ਵੀਰ ਸਿੰਘ ਜੀ ਦੇ ਮੁੱਖ ਚੋਂ ਬਚਨ ਨਿਕਲੇ ਇਹ ਨਗਰ ਖੀਰਾਂ ਵਾਲੀ ਹੈ ਉਹਨਾਂ ਨੇ ਮੁੱਖ ਚੋਂ ਕੀਤੇ ਬਚਨ ਨਿਕਲੇ ਪਾਵਨ ਪਵਿੱਤਰ ਸ਼ਬਦ ਤੇ ਉਸ ਨਗਰ ਦਾ ਨਾਮ ਅੱਜ ਕੀ ਹੈ ਖੀਰਾਂ ਵਾਲੀ ਬੜੀ ਕਿਰਪਾ ਉਸ ਨਗਰ ਤੇ ਜਿੰਨੀ ਵੀ ਡਿਵੈਲਪ ਕੀਤੀ ਹੈ ਨਾ ਜਿੰਨਾ ਵੀ ਨਗਰ ਤੇ ਪੈਸਾ ਲਾਇਆ ਹੈ ਉਹ ਲੋਕਾਂ ਨੇ ਸਰਕਾਰ ਤੋਂ ਇੱਕ ਰੁਪਈਆ ਵੀ ਨਹੀਂ ਲਿਆ ਉਹਨਾਂ ਨਗਰ ਦੇ ਪਤਵੰਤੇ ਸੱਜਣਾ ਨੇ ਵਿਦੇਸ਼ਾਂ ਵਿੱਚ ਵੱਸਦੇ ਕਿਰਤ ਕਰਦੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਧਰਮ ਦੀ ਕਿਰਤ ਉਹਨਾਂ ਨੇ ਆਪ ਇਹ ਸੇਵਾ ਕੀਤੀ ਹੈ ਉਹਨਾਂ ਦਾ ਕਹਿਣਾ ਅੱਜ ਵੀ ਤੁਸੀਂ ਉਸ ਥਾਂ ਤੇ ਤੱਕ ਲਿਓ ਉਹਨਾਂ ਦੇ ਮੂੰਹੋਂ ਜਿਹੜੇ ਬਚਨ ਨਿਕਲਦੇ ਨੇ ਉਹਨਾਂ ਕੀ ਕਹਿੰਦੇ ਨੇ ਇਹ ਜਿੰਨੀ ਵੀ ਕਿਰਪਾ ਹੈ ਇਹ ਉਸ ਬ੍ਰਹਮ ਗਿਆਨੀ ਸੰਤ ਬਾਬਾ ਵੀਰ ਸਿੰਘ ਜੀ ਦੀ ਹੈ ਐਸੇ ਨਗਰ ਬੜੇ ਨੇ ਮੈਂ ਬੜਿਆਂ ਨਗਰਾਂ 'ਚ ਗਿਆ 365 ਅੱਜ ਸ਼ਹੀਦੀ ਜੋੜ ਮੇਲੇ ਨਗਰਾਂ ਨਗਰਾਂ ਦੇ ਅੰਦਰ ਮਨਾਏ ਜਾ ਰਹੇ ਨੇ ਪਰ ਇਹ ਤੋਂ ਗਿਣਤੀ ਜ਼ਿਆਦਾ ਹੋ ਗਈ ਹੈ
ਵਿਦੇਸ਼ਾਂ ਵਿੱਚ ਵਸਦੇ ਸ਼ਰਧਾਲੂ ਵੀ ਅੱਜ ਨਗਰ ਨਗਰ ਦੇ ਵਿੱਚ ਗੁਰਦੁਆਰਾ ਸਾਹਿਬ ਬਣਾਏ ਨੇ। ਇਹ ਸ਼ਰਧਾ ਹੈ ਬਾਬਾ ਜੀ ਦੇ ਨਾਲ। ਐਸਾ ਸਮਾਂ ਨਹੀਂ ਮੈਂ ਤੁਹਾਡੇ ਨਾਲ ਵਿਸਥਾਰ ਵਿੱਚ ਜਾਵਾਂ, ਸੰਖੇਪ ਦੇ ਅੰਦਰ ਮੈਂ ਇੱਕ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਨਾ ਹੈ। ਮੇਰੇ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਜਿਹੜੀ ਸਪਿਰਿਟ ਭਰੀ ਸੀ ਨਾ, ਸਪਿਰਿਟ ਖੰਡੇ ਬਾਟੇ ਦੀ ਪੌਲ ਦਿੱਤੀ, ਅਤੇ ਜਿਹੜਾ ਜਿਉਂਦੇ ਜੀ ਮਰਦਾ ਹੈ ਨਾ ਉਹੀ ਸ਼ਹੀਦ ਹੁੰਦਾ ਹੈ। ਮੇਰੇ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਆਖਿਆ ਬਾਣੀ ਕੀ ਕਹਿੰਦੀ ਹੈ, ਪਹਿਲਾਂ ਜਿਉਂਦੇ ਜੀ ਮਾਰਨਾ। ਗੁਰੂ ਨਾਨਕ ਪਾਤਸ਼ਾਹ ਜੀ ਨੇ ਆਖਿਆ ਜਿਹੜਾ ਸੰਸਾਰ 'ਤੇ ਆ ਕੇ ਜਿਉਂਦੇ ਜੀ ਮੁਕਤ ਹੋ ਗਿਆ ਹੈ ਉਹ ਸ਼ਹੀਦ ਹੋਵੇਗਾ। ਪਹਿਲਾਂ ਮਰਨ ਕਬੂਲ, ਜੀਵਨ ਕੀ ਛਡਾਸ। ਐਸੇ ਸਨ ਮਹਾਨ ਬ੍ਰਹਮ ਗਿਆਨੀ ਸੰਤ ਬਾਬਾ ਵੀਰ ਸਿੰਘ ਜੀ। ਕਿਹੜੇ ਗੁਣ ਸੀ? ਧੀਰਜ ਸੀ, ਸੰਤੋਖ ਸੀ, ਦਇਆ ਸੀ, ਸਬਰ ਸੀ। ਐਸੇ ਗੁਣ ਸਨ ਬਾਬਾ ਵੀਰ ਸਿੰਘ ਦੇ ਅੰਦਰ, ਜਿਹੜੇ ਗੁਣ ਗੁਰੂ ਨਾਨਕ ਪਾਤਸ਼ਾਹ ਜੀ ਨੇ ਸੰਸਾਰ ਦੇ ਮਨੁੱਖ ਨੂੰ ਬਣਾਉਣ ਵਾਸਤੇ ਇੰਨੀਆਂ ਉਦਾਸੀਆਂ ਕੀਤੀਆਂ। ਸਚਿਆਰ ਬਣਾਉਣਾ ਸੀ ਨਾ, ਸਵਾਲ ਪੜ੍ਹਦੇ ਹੋ ਜਪਜੀ ਸਾਹਿਬ ਦੇ ਅੰਦਰ, ਮੇਰੇ ਮਾਲਕ ਜੀ ਕਹਿੰਦੇ ਕਿਵ ਸੁਚਿਆਰਾ ਹੋਈਏ, ਕਿਵ ਕੂੜੇ ਟੁੱਟੇ ਪਾਲ। ਗੁਰੂ ਨਾਨਕ ਪਾਤਸ਼ਾਹ ਜੀ ਨੇ ਮਨੁੱਖ ਨੂੰ ਸੁਚਿਆਰ ਬਣਾਉਣਾ, ਧਰਮੀ ਬਣਾਉਣਾ। ਉਹ ਜਦੋਂ ਧਰਮੀ ਬਣ ਗਿਆ ਨਾ, ਫਿਰ ਸੰਸਾਰ ਦੇ ਝਗੜੇ ਮੁੱਕ ਜਾਣੇ ਹੈ, ਸੰਸਾਰ ਤੇ ਠੱਗੀ ਮੁੱਕ ਜਾਣੀ ਹੈ। ਸਾਡੇ ਅਗਵਾਈ ਕਰਨ ਵਾਲੇ ਧਰਮੀ ਹੋ ਗਏ ਤੇ ਥਾਂ ਥਾਂ ਤੇ ਧਰਨੇ ਲਾਉਣ ਦੀ ਲੋੜ ਨਹੀਂ। ਗੁਰੂ ਨਾਨਕ ਪਾਤਸ਼ਾਹ ਜੀ ਨੇ ਆਖਿਆ ਸੀ ਨਾ, ਪਹਿਲਾਂ ਮੈਂ ਹਿਰਦੇ ਦੇ ਅੰਦਰ ਧਰਮ ਭਰ ਕੇ ਜਾਣਾ ਤੇ ਕਿਰਤ ਕਰਨੀ ਹੈ ਧਰਮ ਦੀ, ਤੇ ਕਿਸੇ ਨਾਲ ਵਿਤਕਰਾ ਨਹੀਂ ਕਰਨਾ। ਤੇ ਧਰਮ ਆਉਣਾ ਕਿਵੇਂ? ਧਰਮ ਆਉਣਾ ਕਿਵੇਂ ਹੈ? ਧਰਮ ਆਉਣਾ ਹੈ ਜਹਾਂ ਗਿਆਨ ਤਹਾਂ ਧਰਮ ਹੈ, ਜਹਾਂ ਲੋਭ ਤੇ ਪਾਪ। ਉਹ ਜਿੱਥੇ ਲੋਭ ਆ ਗਿਆ ਉੱਥੇ ਪਾਪ ਹੋਣਾ ਹੀ ਹੋਣਾ ਹੈ। ਉੱਥੇ ਇਹ ਨਹੀਂ ਵੇਖਿਆ ਜਾਣਾ ਮੇਰਾ ਆਪਣਾ ਹੈ ਕਿ ਮੇਰਾ ਬਗਾਨਾ ਹੈ। ਆਓ ਮੈਂ ਇਤਿਹਾਸ ਦਾ ਮਜ਼ਬੂਨ ਸਾਂਝਾ ਕਰਾਂ, ਇੰਨਾ ਟਾਈਮ ਨਹੀਂ ਕਿ ਵਿਸਥਾਰ ਵਿੱਚ ਜਾਵਾਂ। ਮੈਂ ਤੁਹਾਡੇ ਨਾਲ ਸਾਂਝ ਪਾਉਣੀ ਹੈ ਮਹਾਨ ਬ੍ਰਹਮ ਗਿਆਨੀ ਸੰਤ ਬਾਬਾ ਵੀਰ ਸਿੰਘ ਜੀ, ਉਹਨਾਂ ਦੇ ਹਿਰਦੇ ਦੇ ਵਿੱਚ ਜਿਹੜੀ ਸਿੱਖੀ ਭਰੀ ਸੀ, ਖੰਡੇ ਬਾਟੇ ਦੀ ਪੌਲ ਲੈ ਕੇ ਜਿਹੜੇ ਗੁਰੂ ਵਾਲੇ ਬਣੇ ਤੇ ਬ੍ਰਹਮ ਗਿਆਨੀ ਅਖਵਾਏ ਨੇ, ਮੇਰੇ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਮੋਹਰ ਲਾ ਦਿੱਤੀ। ਜਿਨ੍ਹਾਂ ਨੇ ਸਿੱਖੀ ਦੇ ਅੰਦਰ ਦਾਖਲ ਹੋਣਾ ਹੈ ਉਹਨਾਂ ਨੂੰ ਖੰਡੇ ਬਾਟੇ ਦੀ ਪੌਲ ਲੈਣੀ ਪੈਣੀ ਹੈ। ਇਸ ਤੋਂ ਬਾਅਦ ਪੜ੍ਹਾਈ ਸ਼ੁਰੂ ਹੁੰਦੀ ਹੈ। ਆਓ ਬੱਚਿਆਂ ਨੇ ਕੀਤੀ ਜੋ ਤਿਆਰੀ, ਮੈਂ ਉਹ ਮਜ਼ਬੂਨ ਤੁਹਾਡੇ ਨਾਲ ਸਾਂਝਾ ਕਰਨ ਲੱਗਾ ਹੈ। ਮੇਰੇ ਕਲਗੀਆਂ ਵਾਲੇ ਪਾਤਸ਼ਾਹ ਜੀ 14 ਜੰਗਾਂ ਲੜਦੇ ਨੇ ਤੇ ਲੜਦੇ ਲੜਦੇ ਜਦੋਂ ਸਾਬੋ ਕੀ ਤਲਵੰਡੀ ਵਿਖੇ ਗਏ ਨਾ, ਇੱਥੇ ਇੱਕ ਸਿੱਖ ਮਿਲਿਆ। ਗੁਰੂ ਨਾਨਕ ਦੇ ਘਰ ਦੇ ਨਾਲ ਬੜਾ ਪ੍ਰੇਮ ਰੱਖਦਾ ਹੈ ਤੇ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਜੀ ਦੇ ਚਰਨਾਂ ਦੇ ਸਾਹਮਣੇ ਆ ਕੇ ਪਾ ਕੇ ਗਲ ਦੇ ਵਿੱਚ ਪੱਲਾ, ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮੈਂ ਸੁਣਿਆ ਅਨੰਦਪੁਰ ਸਾਹਿਬ ਦੇ ਅੰਦਰ ਤੇਰਾ ਪਰਿਵਾਰ ਵਿਛੜ ਗਿਆ ਹੈ, ਮਾਤਾ ਗੁਜਰ ਕੌਰ ਵਿਛੜ ਗਈ, ਦੋ ਸਾਹਿਬਜ਼ਾਦੇ ਚਮਕੌਰ ਦੀ ਗੜੀ 'ਚ ਸ਼ਹੀਦ ਹੋ ਗਏ, ਦੋ ਸਾਹਿਬਜ਼ਾਦੇ ਸਰਹੰਦ ਦੀ ਧਰਤੀ ਤੇ ਨੀਆਂ ਦੇ ਵਿੱਚ ਚਣੇ ਗਏ। ਦਾਤਾ ਉਹ ਕਿਤੇ ਯਾਦ ਕਰ ਦੋ, ਇਹ ਵਿਛੋੜਾ ਨਾ ਪੈਂਦਾ, ਨਾ ਮਾਤਾ ਗੁਜਰ ਕੌਰ ਨੂੰ ਸਰਸਾਂ ਦੇ ਕੰਢੇ ਤੇ ਵਿਛੜਨਾ ਪੈਂਦਾ, ਉਹ ਨਾ ਚਮਕੌਰ ਦੀ ਗੜੀ 'ਚ ਦੋ ਸਾਹਿਬਜ਼ਾਦੇ ਸ਼ਹੀਦ ਹੁੰਦੇ। ਮਨੁੱਖ ਕਈ ਵਾਰ ਗੱਲਾਂ ਕਰ ਲੈਂਦਾ, ਕਰਤਵ ਨਹੀਂ। ਬਾਣੀ ਕਹਿੰਦੀ ਨਾ, ਗੱਲੀ ਅਸੀਂ ਚੰਗੀਆਂ ਆ ਚਾਰੀ ਬੁਰੀਆਂ, ਅਸੀਂ ਗੱਲਾਂ ਤੇ ਕਰ ਲੈਂਦੇ ਪਰ ਕਰਤਵ ਨਹੀਂ ਕਰਦੇ। ਕਰਤਵ ਜਿਨ੍ਹਾਂ ਨੇ ਕੀਤੇ ਨੇ ਨਾ, ਮਹਾਨ ਬ੍ਰਹਮ ਗਿਆਨੀ ਸੰਤ ਬਾਬਾ ਵੀਰ ਸਿੰਘ ਜੀ। ਆਓ ਡੱਲਾ ਚੌਧਰੀ ਕਲਗੀਆਂ ਵਾਲੇ ਪਾਤਸ਼ਾਹ ਜੀ ਦੇ ਸਾਹਮਣੇ ਹੋ ਕੇ ਜਿਵੇਂ ਧਮਕ ਜੇ ਮਾਰਦਾ ਹੈ, ਉਸ ਵੇਲੇ ਦਾ ਸੀਨ ਇੱਕ ਸ਼ਾਂਦੇ ਰਾਹੀਂ ਢਾਡੀ ਜਥਾ ਇਉਂ ਪੇਸ਼ ਕਰਦਾ ਹੈ। ਡੱਲੇ ਕੀਤੀ ਅਰਜ ਸੀ ਗਲ ਪੱਲਾ ਪਾ ਕੇ, ਡੱਲੇ ਕੀਤੀ ਅਰਜ ਸੀ ਗਲ ਪੱਲਾ ਪਾ ਕੇ, ਇੱਕ ਸ਼ਿਕਵਾਵੇ ਦਾਦਿਆ ਉਸ ਕਿਆ ਸੁਣਾ ਕੇ, ਇੱਕ ਸ਼ਿਕਵਾ ਹੈ ਦਾਦਿਆ ਉਸ ਕਿਆ ਸੁਣਾ ਕੇ, ਹੁਕਮ ਭੇਜ ਦੇ ਦਾਸ ਨੂੰ ਤੇ ਨਬੀਰ ਲੜਾ ਕੇ, ਹੁਕਮ ਭੇਜ ਦੇ ਦਾਸ ਨੂੰ ਤੇ ਨਬੀਰ ਲੜਾ ਕੇ,
ਚੜਿਆ ਸੀ ਜਮਗੌਰ ਤੇ ਟਿੱਡੀ ਦਾ ਧਾਕੇ ਚੜਿਆ ਸੀ ਜਮਗੌਰ ਤੇ ਟਿੱਡੀ ਦਾ ਧਾਕੇ ਉਹ ਚੜੇ ਜਪਾਉਂਦੇ ਦੁਸ਼ਮਣਾ ਰਣ ਅੰਦਰ ਜਾ ਚੜੇ ਚਪਾਉਂਦੇ ਦੁਸ਼ਮਣਾ ਰਣ ਅੰਦਰ ਜਾ ਕੇ ਗਾਉਂਦਾ ਨੂਰ ਵੀ ਮਰਦਾਂ ਦੇ ਸਾਕੇ ਲਗ ਲਗ ਗਾਉਂਦਾ ਨੂਰ ਵੀ ਮਰਦਾਂ ਦੇ ਸਾਕੇ ਮਰਦਾਂ ਦੇ ਸਾਕੇ ਮਰਦਾਂ ਦੇ ਸਾਕੇ ਮਹਾਨ ਬ੍ਰਹਮ ਗਿਆਨੀ संत बाबा वीर सिंह जी उन्हां दी पंजवीं पुश्त दे विचों बाबा शिंदर सिंह जी उन्हां दे सपुत्र बाबा बाज सिंह जी जिहड़े स्टेज ते सवाईमान ने उन्हां वल्लों बच्चियां दे मन दे अंदर आशीर्वाद आई है गुरु पातशाह जी कृपा करन इसे तरह कौम की सेवा करन दा बल बख्श करन गुरु की हजूरी विच बैठे बाबा गुरमुख सिंह जी उन्हां वल्लों माण आया है बहुत सारे पतवंते सज्जणा वल्लों माण आया है गुरु की संगत वल्लों माण आया है समूह संगत की हाजरी गुरु पातशाह जी दर ते प्रवान करन नाम दान दीआं दातां गुरसिखी जीवन बख्श करन डाले ने आख्या दाता जे किते याद कर दो ते विछोड़ा ना पैंदा ना माता गुजर कौर नूं इन्ने कष्ट झलणे पैंदे मेरे कोल 500 जवान है मेरे दाता जी मुस्कराए डलिया अजे करी हो निबड़ी है अजे बड़े समय ने परख लवांगे तैनूं डाले ने आख्या ठीक है दाता जी रोजाना की तरह दवान सजदा उथे महल गुरु कलगिया वाले पातशाह जी दे माता सुंदर कौर माता साहब कौर भी आए ने जिन्होंने पूछना भी किया है ते मेरे कलगिया वाले पातशाह जी ने आखा मैं इस कौम तो इस देश तो अपने चार लाल वार के आया हाँ मैनू कोई गिला नहीं आप जिन्हें भी पुत्र तकते हो ये तुहाडे पुत्र ने यह सब किवें बनिया लाहौर तो चलिया एक श्रद्धावान सिख जिन्हें अपने हत्थां नाल कीती बंदूक तैयार ते मेरे कलगिया वाले पातशाह जी के चरणों साबो की तलवंडी विखे आ गया है मेरे कलगिया वाले पातशाह जी को कहने लगा दाता आ भेटा लैके आया हाँ प्रवान करो मेरे कलगिया वाले पातशाह जी ने आख्या प्रवान है दाता परख लियो मैं परखी नहीं बना के ते नाल दी नाल ही तुहाडे चरणों वाल तुर पिया हाँ मेरे कलगिया वाले पातशाह जी ने आख्या डलिया आ गया ही समा रब ने सब बना दिता ही जा 500 जवान चो एक जवान लैके आ बदूक परखनी है गया जवाब मिल गया है मेरे कलगिया वाले पातशाह जी ने आख्या की होया दाता कोई मरन वास्ते तैयार नहीं आ तैनू दसीए जेड़े जिंदे जी मरते ने उही शहीद हुंदे ने तू कहना है ना जेड़े चमकौर की गली च क्यों विछोड़ा पैंदा सरसा दे कंडे ते जेड़े शहीद होए ना हुंदे वह तैनू दिखावा वो खालसा किवें इस कौम तो अपनियां जानां निछावर करदा है जा साडे तंबू दे विच किसे सिख नूं बुला के लिया दाते ने बंदूक परखनी है यह गया है इन्हें आवाज मारी मेरे कलगिया वाले पातशाह जी बंदूक परखना चाहते ने यह आवाज दो गुरसिखा के कन्ना विच पई तीर सिंह ते वीर सिंह एक सिंह दस्तार सजा रहा सी इन्होंने जो सुनी आवाज अगे पिछे दौड़ते दौड़ते मेरे कलगिया वाले पातशाह जी के चरणों च हाजिर होए कहिंदे ने दाता पहला आवाज मैं सुनी है दूजा कहिंदा नहीं पहला आवाज मैं सुनी है मेरे कलगिया वाले पातशाह जी ने आख्या गिला ना करो नाराज ना हो अगे पिछे खड़ जाओ दोवां दी छाती विच दी कर देंगे डला पैरां तो लैके सिर तक कंबी जांदा है एवें दमगजे मार बैठा अज पता लग्या कलगिया वाले आ जेड़े चमकौर दी गड़ी च तेरे तो जाना निशावर करदे सी ना वो आ सिख ने यह लागे खड़ा है वेखी जांदा है कौतक मेरे कलगिया वाले पातशाह जी ने आख्या खड़ जाओ अगे पिछे दोवां दी छाती विच दी कर गएगा जिवें कलगिया वाले पातशाह जी दी अगे पिछे खड़ के ये दो सिख धीर सिंह ते वीर सिंह खड़े ने उस वेले दा सीन एक वार दे राही अपना प्रचार वार आप करेगी जिवें मेरे कलगिया वाले पातशाह जी वास्ते जाना निशावर करन वास्ते दो सिख खड़े ने उस वेले दा सीन एक वार दे राही इउं पेश कीता जांदा है
ਵਿੱਚ ਸੂਰਮੇ ਪਾਤਸ਼ਾਹ ਜੀ ਨੇ ਬਦੂਕ ਦਾ ਨਿਸ਼ਾਨਾ ਲਾਇਆ ਤੇ ਦੋਵਾਂ ਦੇ ਸਿਰ ਦੇ ਉੱਤੋਂ ਦੀ ਕੱਢ ਦਿੱਤੀ।
मेरे कलगियां वाले पातशाह जी दे लागे खड़ा डल्ला चौधरी दाता जे यही कुछ करना सी ते मैनू दस देंदे हो। मेरे कलगियां वाले पातशाह जी ने आख्या डल्या यही गल है ना, जा मंगला की मंगदा है तेरी सेवा प्रवान है। दाता जे तुठे हो ना ते दरगाह दे विच पीढ़ी जिनी जगह दे दियो। मेरे दाते ने आख्या ओ जगह ते खंडे बाटे दी पौ लैके मिलनी है। ते डल्ले चौधरी ने सारे परिवार ने खंडे बाटे दी पौ लई। कलगियां वाले पातशाह जी दी सिक्खी दे अंदर दाखल होए। अज सानू लोड़ है जे असी दरगाह दे अंदर जगह लैनी है ना, जे बाबा वीर सिंह वर्गे साढ़े च गुण होने चाहिए ने जिन्हां ने गुरु नानक दे सिद्धांत नू पालिया है, जिन्हां दे अंदर सारे गुण सन। ये दिन मनाने तां सफले ने जे उन्हां दे पाया पूरनिया ते चलीए, उन्हां वर्गा संतोख होवे, सबर होवे, धीरज होवे। ये गुण ने सिखी दे जिहड़े उन्हां दे विच सी तां ही शहीद होए ना। आखिया वह चढ़ के आए हमलावर जिहड़े ने ना वो साढ़े अपने ने, उन्हां वास्ते लंगर तैयार करो। बाबा वीर सिंह जी ने बहुत सारा लंगर तैयार किया। हीरा सिंह वर्गे डोगरे गुरु रूप साध सिंह जी सिख कौम के अंदर 1799 एक राज मिलिया सी जिहदा नाम सी सिख राज। उहदा सरप्रस्त शेरे पंजाब महाराजा रणजीत सिंह जी दे अंदर बहुत सारे जरनैल सन ते सिखी दे तीन थम सी, तीन थम सिख राज दे। वह तीन थम किहड़े सी? बाबा श्याम सिंह अटारी वाला, बाबा फूला सिंह काली, सरदार हरी सिंह नलुआ, ते चौथा थम शेरे पंजाब महाराजा रणजीत सिंह। जिहड़े डोगरे सन ध्यान सिंह वर्गे, अगे जाके हीरा सिंह वर्गे, इन्हां ने बहुत सारिया गलत नीतियां दे नाल उह शेर सरदार हरी सिंह नलुआ नूं शहीद कराया, श्याम सिंह अटारी वर्गियां नूं शहीद करा दिता। ये चाहुंदे सी ना वह जिन्ना चिर तीन थम सिख राज दे अंदर मौजूद ने असी सिख राज दा वाल विंगा नहीं कर सकते। महान ब्रह्म ज्ञानी संत बाबा वीर सिंह जी ये जिहड़ी प्लैनिंग सी ना, ये निरी यही नहीं कि बाबा वीर सिंह ने कवर कश्मीरा सिंह नूं जगह दित्ती भी उन्हां नूं शरण दे विच लिआंदा ते तां उन्हां ते हमला होया, नहीं नहीं, वड्डी वड्डी चाल चलदी है। बाबा वीर सिंह जी जो सिख राज दे बारे बहुत डंगियाई तो सोचते सी, वह वेखते सी किन्नियां गदारियां होईयां ने, किन्ने योधे शहीद हो गए ने, दर्द सी अंदर। ये गल्लां हीरा सिंह वर्गियां नूं जचदियां नहीं, ये प्लैनिंगां बणाउंदे ने। कहिंदे ने जिस तरह सरदार हरी सिंह नलुआ नूं शहीद किया है, जिस तरह शाम सिंह अटारी वाले नूं शहीद किया है, ये कहिंदे सी बाबा वीर सिंह ऐसा ही योधा है जिन्हें नौरंगाबाद की धरती ते किले दे रूप दे अंदर डेरा सी। 1500 घोड़ सवार बहुत सारे सिंह सन बाबा वीर सिंह दे पास, क्यों? दर्द सी ना, शेरे पंजाब महाराजा रणजीत सिंह की चढ़ाई तो बाद जिहड़ा सिख राज दे अंदर डामाडोल होया सिख राज, यह दर्द सी संत बाबा वीर सिंह दे अंदर। यह तो हीरा सिंह वर्गियां ने प्लैनिंगां बना बना के फिर बहाना बनिया है। अतर सिंह संधा वाली है, कवर कश्मीरा सिंह, पिछौरा सिंह इन्हां दे डेरे विच आउंदे ने। इन्हां टाइम नहीं कि विस्तार विच जावां, आओ उस ब्रह्म ज्ञानी दे शहीदी दिहाड़े ते समर्पित अज सानू की लोड़ है। अज गुरु नानक दी सिखी डामाडोल है, अज साडे नौजवान सिखी तो पदत हो गए ने। ऐ नौजवाना वह जदों कदे तेरे ते हमलावर चढ़ के आउंदे तू तोपा ना खत्म नहीं होया, वह तेरे पट्टां दे विच गोले वज गए तू तां खत्म नहीं होया, वह तोपा लैके हमलावर आउंदे काबल कंधार तों, वह बदाली वर्गे नादर शाह वर्गे तू उदों खत्म नहीं होया अज तू खत्म हुंदा दिसदा है। किवें खत्म हुंदा है? तैनू मिठा जहर दिता जांदा है, नशियां दे विच हो गया है, गलतान है। नौजवाना अपने विरसे नूं संभाल, गुरु नानक दी सिक्खी नूं संभाल। वह जिहड़ी कौम कदे गुलाम होना प्रवान नहीं करदी, अंग्रेजां ने आख्या सी हिंदुस्तान ते काबज हो गए जे, हुण एक कौम है जिहनूं अपने काबू विच करना है। ते उस वेले दे पार्लीमेंट विच बैठे अंग्रेज लोग कहिंदे सी इह कौम कदी गुलाम होना प्रवान नहीं करदी, ये स्पिरिट मिलती कितों इन्हां नूं? ये सवाल करदा एक अंग्रेज। ये गुरु ग्रंथ साहिब पातशाह जी तो लैंदे ने सिखिया, शब्द गुरु दे सिधांत ते चलदे ने। ये कौम जदों करेगी यही बगावत करेगी। 200 साल राज कीता अंग्रेज ने हिंदुस्तान ते, पिछले 100 साल
ਪੰਜਾਬ ਨੂੰ ਇਹੀ ਪਲੈਨਿੰਗਾਂ ਬਣਾਉਂਦੇ ਰਹੇ ਗੁਲਾਮ ਕਿਵੇਂ ਕਰਨਾ ਹੈ। ਫਿਰ ਸਾਡਿਆਂ ਨੂੰ ਖਰੀਦਿਆ ਗਿਆ, ਡੋਗਰੇ ਵਾੜੇ ਗਏ, ਕਿਵੇਂ ਸਿੱਖ ਰਾਜ ਨੂੰ ਖਤਮ ਕੀਤਾ, ਕਿਵੇਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਦੇ ਨਾਲ ਜਿਹੜੀ ਹੋਈ ਹੈ, ਇਹ ਇੰਨਾ ਟਾਈਮ ਨਹੀਂ ਵੀ ਮੈਂ ਵਿਸਤਾਰ ਵਿੱਚ ਜਾਵਾਂ। ਆਓ ਇੱਕ ਸ਼ਹਿਰ ਨੇ ਵਿਰਾਗਮੀ ਤਰਜ ਦੇ ਅੰਦਰ ਚਾਰ ਕੋ ਲੈਣਾ ਲਿਖੀਆਂ, ਨੌਜਵਾਨਾਂ ਤੇਰਾ ਵਿਰਸਾ ਸੀ ਤੂੰ ਭੁੱਲ ਗਿਆ। ਗੁਰੂ ਨਾਨਕ ਪਾਤਸ਼ਾਹ ਜੀ ਨੇ ਆਖਿਆ ਸੀ ਮੇਰਾ ਸਿੱਖ ਉੱਚੀ ਸੋਚ ਲੈ ਕੇ ਚੱਲੇਗਾ, ਥਾਂ ਥਾਂ ਤੇ ਕਦੀ ਮੱਥੇ ਨਹੀਂ ਰਗੜੇਗਾ। ਨਹੀਂ ਤੇ ਇਹ ਤੋਂ ਪਹਿਲਾਂ ਬੜੀਆਂ ਕੌਮਾਂ ਸੀ, ਬੜੇ ਲੋਕ ਸਨ, ਜਿੰਨੇ ਇਨਸਾਨ ਸਨ ਉਹਨੇ ਰੱਬ ਸੀ। ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਖਿਆ ਮੈਂ ਸਿੱਧਾ ਰੱਬ ਨਾਲ ਜੋੜ ਕੇ ਜਾਣਾ ਹੈ, ਮੈਂ ਅਕਾਲ ਪੁਰਖ ਪਰਮਾਤਮਾ ਨਾਲ ਜੋੜ ਕੇ ਜਾਣਾ ਹੈ। ਇਹ ਨਹੀਂ ਮੇਰਾ ਸਿੱਖ ਥਾਂ ਥਾਂ ਤੇ ਮੜੀਆਂ ਮਸਾਣੀਆਂ ਤੇ ਮੱਥੇ ਰਗੜਦਾ ਫਿਰੇ। ਇੱਕ ਉਹ ਓਂਕਾਰ ਦਾ ਇਹ ਸੁਨੇਹਾ ਲੈ ਕੇ ਗੁਰੂ ਨਾਨਕ ਪਾਤਸ਼ਾਹ ਜੀ ਘਰ ਘਰ ਗਏ ਨੇ ਤੇ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਖਿਆ ਦੁਬਦਾ ਨਾ ਪੜੂ, ਹਰ ਬਿਨ ਹੋਰ ਨਾ ਪੂਜੂ, ਮੜੇ ਮਸਾਣ ਨਾ ਜਾਈ। ਇਹ ਪੁੱਛਿਆ ਸੀ ਨਾ ਗੁਰੂ ਨਾਨਕ ਨੂੰ, ਉਹ ਕਦੀ ਬਾਣੀ ਨੂੰ ਪੁੱਛ ਕੇ ਵੇਖੋ, ਬਾਣੀ ਤੇ ਸਾਰਾ ਕੁਝ ਦੱਸਦੀ ਹੈ। ਅੱਜ ਬੰਦਿਆਂ ਨੂੰ ਪੁੱਛਿਆ ਜਾਂਦਾ ਹੈ, ਅੱਜ ਬੰਦਿਆਂ ਨੂੰ ਪੁੱਛੀ ਜਾਂਦਾ ਹੈ। ਬ੍ਰਹਮ ਗਿਆਨੀ ਦੀ ਡੈਫੀਨੇਸ਼ਨ ਪੜ੍ਹ ਲਈ ਹੈ ਨਾ, ਜੇ ਪੜ੍ਹਨਾ ਤੇ ਜੀਵਨ ਪੜੋ, ਬਾਬਾ ਵੀਰ ਸਿੰਘ ਦਾ ਬ੍ਰਹਮ ਗਿਆਨੀ ਹੋਣਾ ਕਿਵੇਂ ਦਾ ਚਾਹੀਦਾ ਹੈ। ਆਓ ਜਿਵੇਂ ਸ਼ਹਿਰ ਨੇ ਚਾਰ ਕੁ ਸਤਰਾਂ ਲਿਖੀਆਂ ਹੈ, ਵਿਰਾਗਮਈ ਤਰਜ ਦੇ ਅੰਦਰ ਰਹਿਣ ਜੋ ਨੌਜਵਾਨਾਂ ਆਪਣੀ ਸਿੱਖੀ ਵੱਲ ਮੁੜਿਆ ਹੈ, ਜਿਹੜਾ ਤੇਰਾ ਵਿਰਸਾ ਸੀ ਉਹਨੂੰ ਤੂੰ ਭੁੱਲ ਗਿਆ। ਉਸ ਵੇਲੇ ਦਾ ਸੀਨ ਇਉਂ ਪੇਸ਼ ਕੀਤਾ ਜਾਂਦਾ ਹੈ। ਜੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਆਪਣਾ ਗੁਰੂ ਮੰਨਦਾ ਹੈ ਨਾ, ਤੇ ਫਿਰ ਗੁਰੂ ਦੀ ਗੱਲ ਵੀ ਮੰਨਿਆ ਕਰ। ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕੀ ਕਹਿੰਦੇ ਨੇ, ਸਾਬਤ ਸੂਰਤ ਦਸਤਾਰ ਸਿਰਾ। ਇਹ ਸਾਰੀ ਮਨੁੱਖਤਾ ਨੂੰ ਉਪਦੇਸ਼ ਹੈ, ਇਕੱਲੇ ਸਿੱਖ ਨੂੰ ਨਹੀਂ। ਜਿਹੜੀ ਬਣਤਰ ਰੱਬ ਤੋਂ ਲੈ ਕੇ ਆਇਆ ਨਾ, ਉਹਨੂੰ ਭੰਨਣਾ ਨਹੀਂ। ਤੈਨੂੰ ਰੱਬ ਨੇ ਸ਼ਿੰਗਾਰ ਕੇ ਭੇਜਿਆ, ਇਹ ਗਵਾਹੀ ਦਿੰਦੀ ਹੈ ਬਾਣੀ। ਰਮਈਆ ਕੇ ਗੁਣ ਚੇ ਪ੍ਰਾਨੀ, ਕਮਨ ਮੂਲ ਤੇ ਕਮਨ ਦਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ। ਕੋਈ ਕਸਰ ਨਹੀਂ ਰਹਿਣ ਦਿੱਤੀ ਦਾਤੇ ਨੇ। ਅੱਜ ਮਨੁੱਖ ਕਹਿੰਦਾ ਆਪਣੇ ਆਪ ਨੂੰ ਆਪ ਸ਼ਿੰਗਾਰਨਾ। ਆਓ ਕਵੀ ਅਗਲੀਆਂ ਲੈਣਾ ਕਿਵੇਂ ਲਿਖਦਾ ਹੈ। ਪਾਣੀ ਗੰਦਲਾ ਕਰਤ ਜਹਿਰੀਲੀ, ਪਾਣੀ ਗੰਦਲਾ ਗੰਦਲਾ ਕਰਤ ਜਹਿਰੀਲੀ, ਧੂਏ ਅਸਮਾਨ ਕੇਰਿਆ ਪੰਜਾਬ ਦਾ, ਪੰਜਾਬ ਦਾ ਸੇਵਾ ਕਰਿਆ ਵਗਦਾ ਹੈ ਸ਼ਰਾਬ ਦਾ, ਹੈ ਸ਼ਰਾਬ ਦਾ, ਹੈ ਸ਼ਰਾਬ ਦਾ। ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਜ਼ਿੰਦਗੀ ਦੇ 18 ਸਾਲ ਕਰਤਾਰਪੁਰ ਸਾਹਿਬ ਦੀ ਧਰਤੀ ਦੇ ਬਤੀਤ ਕੀਤੇ, ਤੇ ਜਿਵੇਂ ਦਾ ਸੰਸਾਰ ਬਣਾਉਣਾ ਸੀ ਨਾ, ਉਵੇਂ ਦਾ ਸੰਸਾਰ ਬਣਾਉਣ ਵਾਸਤੇ ਕਿੱਥੇ ਉਪਦੇਸ਼ ਦਿੱਤਾ ਜਾਂਦਾ ਹੈ, ਕਰਤਾਰਪੁਰ ਸਾਹਿਬ ਦੀ ਧਰਤੀ ਤੇ। ਮੇਰੇ ਮਾਲਕ ਨੇ ਆਖਿਆ ਕੁਦਰਤ ਤੈਨੂੰ ਪੈਦਾ ਕਰਕੇ ਦਿੱਤੀ, ਰੱਬ ਨੇ ਤੈਨੂੰ ਸਰੀਰ ਦਿੱਤਾ, ਹਵਾ ਦਿੱਤੀ, ਪਾਣੀ ਦਿੱਤਾ, ਜ਼ਮੀਨ ਦਿੱਤੀ, ਇਹਦੀ ਸੇਵਾ ਕਿਹਨੇ ਕਰਨੀ ਹੈ? ਤੂੰ ਪਵਣ ਗੁਰੂ, ਪਾਣੀ ਪਿਤਾ, ਮਾਤਾ ਤਰਤ ਮਹੱਤ, ਦਿਵਸ ਰਾਤ ਦੋਏ ਦਾਈ ਦਾਇਆ ਖੇਲੇ ਸਗਲ ਜਗਤ। ਅੱਜ ਭੁੱਲ ਗਿਆ ਹੈ, ਅੱਜ ਕੁਦਰਤ ਦੀ ਸੇਵਾ ਨਹੀਂ ਕਰਦਾ। ਜੇ ਤੂੰ ਕੁਦਰਤ ਦੀ ਸੇਵਾ ਨਹੀਂ ਕਰਦਾ, ਯਾਦ ਰੱਖੀ ਸੱਜਣਾ, ਜੇ ਰੱਬ ਨੂੰ ਖੁਸ਼ ਕਰਨਾ ਹੀ ਤੇ ਕੁਦਰਤ ਦੀ ਸੇਵਾ ਕਰਨਾ ਪੈਣਾ, ਸੰਸਾਰ ਦੀ ਸੇਵਾ ਕਰਨਾ ਪੈਣਾ। ਸੰਸਾਰ ਰੱਬ ਰਹਿੰਦਾ ਕਿੱਥੇ ਹੈ? ਗੁਰਦੁਆਰਾ ਕੌਣ ਕਿਹੜਾ ਹੈ?
गुरु नानक पातशाह जी कहिंदे विच धरती थाप रखी धर्मशाल। गुरुद्वारा कित्थे है? यह धरती सारी गुरुद्वारा है। गुरुद्वारे तो सीख के जाना है। वो जे गुरुद्वारे नंगे सिर नहीं जाना तो धरती ते नंगे सिर फिरना नहीं। जे नशा करके गुरुद्वारे के अंदर नहीं जाना तो धरती ते नशा करके विचरना नहीं। वो जेड़ा रब गुरु नानक ने दस्या सी ना वो रब तो कोहां दूर है। धन गुरु नानक पातशाह वार ने बलहार ने जाने तुहाडी सोच दे जो किया वो करके भी विखाया। जे किरत करन वास्ते किया तो किरत करके विखाई। 18 साल जिंदगी दे बतीत करदे ने ते झोने चो नदीन भी आप कढ़िया। जिवें अगलियां लाइना कवि दसदा है वो सीन इउं पेश है। बड़े भावक हो के ये लैणा लिखिया ने। यह दुनिया के मनुख रब ने तेनू किन्नियां सहूलतां दित्तियां ने पर तू उन्हां दा कदर नहीं पाया। जे कदर नहीं पाई तो औखा हो रहा है। अज मनुख दे हिरदे ते सकून है नहीं ना, शांति है नहीं। क्यों नहीं हैगी? हिरदे च बाणी नहीं रही, घर दे विच बाणी नहीं रही, घर दे विच गुरु ग्रंथ साहिब पातशाह जी की बाणी जदों गई ना फिर मनुख नूं सकून आना है, शांति आनी है। पुरातन गुरसिखां दा जीवन वेखो, उन्हां तो सेध लैण दी लोड़ है। ऐ मां तैनू रब ने शिंगार के कल्या सिखी नू सांभ, ये सिख फुलवाड़ी सांभना तेरा फर्ज बनता है। पढ़िया कर बाणी ते जदों बाणी पढ़दिया पढ़दिया जिहड़े योधे नू जन्म देवेगी ना ते फिर वह पैदा होवेगा सरदार हरी सिंह नलूआ, बाबा बंदा सिंह बहादुर। अज क्यों नहीं पैदा होंदे? क्यों नशेड़ी पुत पैदा होंदे ने? मां बाणी तो दूर चलेगी। वेंदी हुंदी सीरियल ते जेड़ा कोख च पल रहा बच्चा है ना फिर उन्हें ओह जिही बनना है। ये तुसी जानदे हो, सियाने बुजुर्ग बैठे ने। ओ गुरबाणी नूं घर दे विच लै जाओ जे सुख चाहुंदियां। जे अज पंजाब दे नौजवान नूं बचाउण दी लोड़ है रीढ़ दी हड्डी ने। असीं बैठे थोड़ा रहना है, असीं पट्टा कराया है, इन्हां ने सांभणा सारा कुछ। आउण वालियां पुश्तां ने यह सिखी का सिद्धांत सांभणगे, सांभणगे तां ही ना जे जिउंदे रहणगे। अज हर नगर दे विच 10 नौजवान चढ़ाई कीते ने, कादा करके नशियां दे विच गलतान हो गए। इन्हां नौजवान ते खाड़कूवाद समय भी नहीं खत्म होया है, जिहड़े फड़ फड़ के मारदे सी। अज नौजवान नूं मिठा जहर दिता जांदा है। आओ इन्ना टाइम नहीं, गल्लां ते बहुत ने तुहाडे नाल करन वालियां। गुरु पातशाह जी कृपा करन उस महान ब्रह्म ग्यानी संत बाबा वीर सिंह जी दे शहीदी जोड़ मेले के अंदर एकत्र होके बैठे समूह सतसंगी प्यारे हो। आओ इतिहास कहण की जाच आ जाए जे ये सीस दिओ। धनवाद कोटन कोट धनवाद गुरु ग्रंथ साहिब पातशाह जी का, समूह पतवंते सज्जणा का, बाबा बाज सिंह जी का जो बड़े सुचजे ढंग दे नाल जिस डेरे की सेवा करवा रहे हैं। आप संगत का धनवाद, सैकटरी साहब का धनवाद। आओ असीस देंदे जायो, इतिहास बोलण की जाच आ जाए। गुरु नानक दे घर दी वडियाई करन दी दा जाच आ जावे, ये वडियाई बड़ी वड्डी है। असी करन वालियां ने मुक जाना, गुरु नानक पातशाह तेरे घर दी वडियाई मुकनी नहीं। आओ जोड़ो हाथ, दियो सीस आखो वाहेगुरु जी का खालसा वाहेगुरु जी की फतेह। वाहेगुरु जी का खालसा वाहेगुरु जी की फतेह। सो ये सन भाई अमृत सिंह जी ढाडी जथा तरन तारण साहब वाले। सो बहुत बहुत धन्यवाद करते हाँ। हूँ मैं 5 मिनट वास्ते एक नौजवान बच्चा 5 मिनट वास्ते संत ने दर्शन करे, उस तो बाद जथा तैयार होगी। वाहगुरू जी का खालसा वाहगुरू जी की फतह। धन धन श्री गुरु ग्रंथ साहिब महाराज जी जी की हजूरी विच बैठे सतसंग जनों, फतेह जी सांझ पाइए। वाहेगुरू जी का खालसा वाहेगुरू जी की फतेह।
ਅੱਜ ਅਸੀਂ ਸੰਤ ਬਾਬਾ ਵੀਰ ਸਿੰਘ ਜੀ ਦੇ ਸਾਲਾਨਾ ਸ਼ਹੀਦੀ ਦਿਵਸ ਨੂੰ ਸਮਰਪਿਤ ਦੀਵਾਨ ਵਿੱਚ ਸਜ ਬੈਠੇ ਹਾਂ। ਬਾਬਾ ਵੀਰ ਸਿੰਘ ਜੀ ਮਹਾਰਾਜ ਨੇ ਸਿਧਾਂਤਾਂ ਦੀ ਖਾਤਰ ਸ਼ਹਾਦਤ ਦਿੱਤੀ। ਉਹਨਾਂ ਕੋਲ ਚਾਹੇ ਫੌਜਾਂ ਚੰਗੇ ਸ਼ਾਸਤਰ ਘੋੜਸਵਾਰ ਸੀ, ਪਰ ਉਹਨਾਂ ਨੇ ਸ਼ਾਂਤਮਈ ਤਰੀਕੇ ਨਾਲ ਸ਼ਹਾਦਤ ਦਿੱਤੀ। ਉਹਨਾਂ ਦਾ ਵਿਲੱਖਣ ਇਤਿਹਾਸ ਹੈ, ਇਸ ਦੇ ਨਾਲ ਨਾਲ ਸਿੱਖ ਕੌਮ ਦਾ ਵੀ ਵਿਲੱਖਣ ਇਤਿਹਾਸ ਹੈ। ਖਾਲਸਾ ਜੀ, ਮੈਂ ਕਹਿਣਾ ਚਾਹੁੰਦਾ ਵਾਂ, ਜਿਹੜੀਆਂ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ ਨੇ, ਉਹ ਕਦੇ ਵੀ ਦੁਨੀਆਂ ਦੇ ਨਕਸ਼ੇ ਵਿੱਚ ਜ਼ਿਆਦਾ ਚਿਰ ਜੀਉਂਦੀਆਂ ਨਹੀਂ ਰਹਿ ਸਕਦੀਆਂ। ਮੈਂ ਇਤਿਹਾਸ ਵਿੱਚੋਂ ਸਰਦਾਰ ਹਰੀ ਸਿੰਘ ਨਲੂਆ ਜੀ ਦਾ ਕੁਛ ਇਤਿਹਾਸ ਤੁਹਾਡੇ ਨਾਲ ਸਾਹਮਣਾ ਕਰਨਾ ਚਾਹੁੰਦਾ ਵਾਂ। ਹਰੀ ਸਿੰਘ ਨਲੂਆ ਕੌਮ ਦਾ ਉਹ ਸਰਦਾਰ ਸੀ ਜਿਹਨੇ ਖੈਬਰ ਫਤਿਹ ਕੀਤਾ, ਜਿਸ ਨੇ ਸ਼ੇਰ ਦਾ ਸ਼ਿਕਾਰ ਕੀਤਾ। ਅੱਜ ਦੁਨੀਆ ਦੀ ਸਭ ਤੋਂ ਵੱਡੀ ਪਾਵਰ ਅਮੈਰੀਕਾ, ਉਸ ਨੂੰ ਖੈਬਰ ਫਤਿਹ ਕਰਨ ਵਿੱਚ ਉਹਦੇ ਪਸੀਨੇ ਛੁੱਟ ਗਏ ਸੀ, ਪਰ ਉਹਨੇ ਬੜੀ ਆਸਾਨੀ ਨਾਲ ਫਤਿਹ ਕੀਤਾ। ਉਹ ਕਿਸ ਤਰ੍ਹਾਂ ਦਾ ਯੋਧਾ ਹੋਵੇਗਾ ਜੋ ਸ਼ੇਰ ਦਾ ਸ਼ਿਕਾਰ ਕਰਦਾ ਸੀ, ਉਹ ਵੀ ਸ਼ਸਤਰ ਨਾਲ ਨਹੀਂ, ਖਾਲੀ ਹੱਥੀਂ ਵੀ ਉਹ ਸ਼ੇਰ ਦਾ ਸ਼ਿਕਾਰ ਕਰ ਪਾਉਂਦਾ ਸੀ। ਅਸੀਂ ਵੀ ਉਸ ਕੌਮ ਦੇ ਸਪੂਤ ਹਾਂ ਜਿਨ੍ਹਾਂ ਨੇ ਖਾਲੀ ਹੱਥੀਂ ਸ਼ੇਰ ਦਾ ਸ਼ਿਕਾਰ ਕੀਤਾ, ਪਰ ਅੱਜ ਅਸੀਂ ਕਿਸ ਰਾਹ 'ਤੇ ਤੁਰ ਪਏ ਹਾਂ? ਅੱਜ ਸਾਡੇ ਪ੍ਰਬੰਧਕ ਨੌਜਵਾਨਾਂ ਨੂੰ ਆਵਾਜ਼ਾਂ ਮਾਰਦੇ ਨੇ, ਪੰਡਾਲ 'ਚ ਬੈਠੋ, ਗੁਰੂ ਦੀ ਹਜ਼ੂਰੀ ਵਿੱਚ ਬੈਠੋ, ਪਰ ਉਹਨਾਂ ਨੂੰ ਬੈਠਣਾ ਸਵੀਕਾਰ ਨਹੀਂ। ਇਹ ਸਭ ਕੁਝ ਕਿਉਂ ਹੋ ਰਿਹਾ ਹੈ? ਇਹਨਾਂ ਇਸ ਘਟਨਾ ਦੇ ਪਿੱਛੇ ਇਕੱਲੇ ਨੌਜਵਾਨ ਵੀ ਜ਼ਿੰਮੇਵਾਰ ਨਹੀਂ, ਜੇ ਉਹ ਨਸ਼ੇ ਕਰ ਰਹੇ ਨੇ, ਉਹਨਾਂ ਦਾ ਕਰੈਕਟਰ ਨੀਵੇਂ ਪੱਧਰ 'ਤੇ ਜਾ ਰਿਹਾ ਹੈ। ਜੇ ਅਸੀਂ ਕੌਮ ਦੇ ਸ਼ੇਰ ਹਰੀ ਸਿੰਘ ਨਲੂਏ ਦਾ ਚਰਿੱਤਰ ਕਰੈਕਟਰ ਪੜ੍ਹਿਆ ਹੁੰਦਾ, ਸਾਨੂੰ ਕਦੀ ਵੀ ਇਸ ਨਿਗਾਰ ਵੱਲ ਅਸੀਂ ਕਦੀ ਨਾ ਆਉਂਦੇ। ਇਸ ਦੇ ਜ਼ਿੰਮੇਵਾਰ ਸਾਡੇ ਪ੍ਰਚਾਰਕ ਵੀ ਨੇ, ਉਹ ਇੱਥੋਂ ਤੱਕ ਹੀ ਸੀਮਤ ਨੇ, ਅਰਦਾਸੇ ਕਰ ਦਿੱਤੇ, ਪਰ ਉਹਨਾਂ ਨੇ ਸਿੱਖ ਇਤਿਹਾਸ ਨਾਲ ਸਾਨੂੰ ਕਦੀ ਨਹੀਂ ਜੋੜਿਆ, ਇਹ ਨਹੀਂ ਦੱਸਿਆ ਹਰੀ ਸਿੰਘ ਨਲੂਆ ਕੀ ਸੀ, ਉਹਦੀਆਂ ਘਾਲਣਵਾਂ ਕੀ, ਉਸ ਨੇ ਕੌਮ ਵਾਸਤੇ ਕੀ ਕੀਤਾ। ਅੱਜ ਸਾਨੂੰ ਲੋੜ ਹੈ, ਸਾਡੀਆਂ ਭੈਣਾਂ ਵੀ ਇੱਥੇ ਬੈਠੀਆਂ ਨੇ, ਸਾਡੀਆਂ ਮਾਵਾਂ ਵੀ ਬੈਠੀਆਂ ਨੇ, ਉਹਨਾਂ ਨੂੰ ਲੋੜ ਹੈ ਸਭ ਤੋਂ ਪਹਿਲਾਂ ਆਪਣਾ ਇਤਿਹਾਸ ਪੜ੍ਹਨ, ਆਪਣੇ ਬੱਚਿਆਂ ਨੂੰ ਦੱਸਣ ਅਸੀਂ ਕਿਸ ਇਤਿਹਾਸ ਦੇ ਵਾਰਸ ਹਾਂ, ਪਰ ਅਸੀਂ ਅੱਜ ਕਿਸ ਰਾਹ 'ਤੇ ਜਾ ਰਹੇ ਹਾਂ। ਉਸ ਤੋਂ ਬਾਅਦ ਕੁਛ ਅੱਜ ਜਿਵੇਂ ਕਿ ਨਸ਼ਿਆਂ ਦਾ ਬੋਲਬਾਲਾ ਹੈ ਹੀ ਹੈ, ਜੇ ਅਸੀਂ ਆਪਣਾ ਇਤਿਹਾਸ ਚੰਗੀ ਤਰ੍ਹਾਂ ਪੜ੍ਹ ਲਈਏ, ਕੌਮ ਦੇ ਵਾਰਸਾਂ ਨੂੰ ਚੇਤੇ ਕਰ ਲਈਏ, ਇਹਨਾਂ ਸਮਾਜਿਕ ਤਰੁੱਟੀਆਂ ਤੋਂ ਅਸੀਂ ਇਜਾਤ ਪਾ ਸਕਦੇ ਹਾਂ। ਉਸ ਤੋਂ ਬਾਅਦ ਜੇ ਅਸੀਂ ਗੱਲ ਕਰੀਏ, ਹਿੰਦੁਸਤਾਨ ਦਾ ਪ੍ਰਸਿੱਧ ਮੰਦਰ ਸੀ ਸੋਮਨਾਥ ਮੰਦਰ, ਉਸ ਦੇ ਦਰਵਾਜ਼ੇ ਜੋ ਪਠਾਣ ਲੈ ਗਏ ਸੀ, ਸਿੱਖਾਂ ਨੇ ਆਪਣੀ ਹਿੰਮਤ ਦੇ ਸਦਕਾ ਉਹ ਦਰਵਾਜ਼ੇ ਸ਼੍ਰੀ ਹਰਿਮੰਦਰ ਸਾਹਿਬ ਦੁਬਾਰਾ ਲੈ ਆਉਂਦੇ। ਪਰ ਅੱਜ ਕੌਮ ਦੇ ਲੀਡਰ ਜੋ ਇਤਿਹਾਸ ਵੀ ਗਵਾਏ, ਜੋ ਕੌਮ ਦੇ ਨਾਲ ਦਿਸਦੇ ਨੇ, ਕੌਮ ਦੇ ਨਾਲ ਖੜੇ ਨਹੀਂ ਹੈ, ਸਾਨੂੰ ਸ਼ੱਕ ਹੈ ਜਿਹੜੀਆਂ ਅਸੀਂ ਪ੍ਰਾਪਤੀਆਂ ਕੀਤੀਆਂ ਨੇ ਉਹ ਵੀ ਸਾਡੀ ਮੁੱਠੀ ਵਿੱਚੋਂ ਦੂਰ ਜਾ ਰਹੀਆਂ ਨੇ। ਉਸ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਇਤਿਹਾਸ ਦੀ, ਅਸੀਂ ਨਨਕਾਣਾ ਸਾਹਿਬ ਦਾ ਮੋਰਚਾ ਫਤਿਹ ਕੀਤਾ, ਚਾਬੀਆਂ ਦਾ ਮੋਰਚਾ ਫਤਿਹ ਕੀਤਾ, ਬੜੀਆਂ ਹੀ ਸ਼ਹਾਦਤਾਂ ਦਿੱਤੀਆਂ, ਸ਼ਹਾਦਤਾਂ ਦੇ ਫਲਸਰੂਪ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਿਰਮਾਣ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਖ ਕੰਮ ਸੀ ਉਹ ਗੁਰਦੁਆਰਿਆਂ ਦਾ ਸਾਂਭ ਸੰਭਾਲ ਕਰਦੀ, ਕੌਮ ਦੀ ਚੜ੍ਹਦੀ ਕਲਾ ਵਾਸਤੇ ਕੰਮ ਕਰਦੀ, ਪਰ ਕੁਝ ਲੀਡਰਾਂ ਨੂੰ ਸਾਡੀ ਕੌਮ ਦੇ ਜੋ ਆਪੇ ਬਣ ਗਏ ਨੇ, ਉਹਨਾਂ ਨੂੰ ਇਹ ਸਵੀਕਾਰ ਨਹੀਂ ਕਿ ਸਾਡੀ ਕੌਮ ਚੜ੍ਹਦੀ ਕਲਾ ਵੱਲ ਜਾਵੇ। ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਿਅਬਦੀ ਹੋ ਰਹੀ ਹੈ, ਪਰ ਅਸੀਂ ਉਹਨਾਂ ਨੂੰ ਫੜ ਨਹੀਂ ਸਕਦੇ। ਕਿਉਂ ਨਹੀਂ ਫੜ ਸਕਦੇ? ਸਰਕਾਰ ਨਹੀਂ ਚਾਹੁੰਦੀ ਉਹਨਾਂ ਦੋਸ਼ੀਆਂ ਖਿਲਾਫ ਕਾਰਵਾਈ ਹੋਵੇ। ਅਸੀਂ ਉਸ ਕੌਮ ਦੇ ਸਬੂਤ ਹਾਂ ਜੋ ਜਲਿਆਂ ਵਾਲੇ ਬਾਗ ਵਿੱਚ 1919 ਵਿੱਚ ਜਨਰਲ ਡਾਇਰ ਵੱਲੋਂ ਕੀਤੀ ਗਈ
ਗੋਲਾਬਾਰੀ ਦਾ ਬਦਲਾ ਲੰਡਨ ਦੀ ਧਰਤੀ ਤੇ ਲੈ ਜਾ ਕੇ ਲੈ ਸਕਦੇ ਹਾਂ, ਪਰ ਅੱਜ ਅਸੀਂ ਆਪਣੇ ਗੁਰੂ ਦੀ ਹੋਈ ਬੇਅਦਬੀ ਦਾ ਬਦਲਾ ਜਾਂ ਉਸ ਦੀ ਦੋਸ਼ੀਆਂ ਦੇ ਖਿਲਾਫ ਕਾਰਵਾਈ ਨਹੀਂ ਕਰ ਸਕਦੇ। ਕਿਉਂ? ਸਮੇਂ ਦੀਆਂ ਸਰਕਾਰਾਂ ਕੌਮ ਦੇ ਨਾਲ ਗਦਾਰੀ ਕਰ ਰਹੀਆਂ ਨੇ। ਉਸ ਤੋਂ ਬਾਅਦ ਅੱਜ ਕੌਮ ਨੂੰ ਕੌਮ ਦੀ ਸਭ ਤੋਂ ਸੁਪਰੀਮ ਪਾਵਰ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ, ਜਿਸ ਤੋਂ ਸਿੱਖ ਕੌਮ ਨੂੰ ਹੁਕਮਨਾਮੇ ਜਾਰੀ ਕੀਤੇ ਜਾਂਦੇ ਸੀ ਚੜ੍ਹਦੀ ਕਲਾ ਵਾਸਤੇ, ਅੱਜ ਉੱਥੋਂ ਹੁਕਮਨਾਮੇ ਜਾਰੀ ਹੋ ਰਹੇ ਨੇ ਦੋਸ਼ੀਆਂ ਨੂੰ ਮਾਫ਼ ਕਰਨ ਵਾਸਤੇ। ਮੈਂ ਗੱਲ ਕਰਨਾ ਚਾਹੁੰਦਾ ਵਾਂ ਸਰਸੇ ਵਾਲੇ ਸਾਧ ਦੀ, ਜਿਨ੍ਹਾਂ ਨੂੰ ਜਿੱਥੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ, ਉਸ ਦੋਸ਼ੀ ਨੂੰ ਜਿਹਨੇ ਮਾਫ਼ੀ ਮੰਗੀ ਵੀ ਨਹੀਂ, ਅਸੀਂ ਉਹਨੂੰ ਵਧੋ ਵਧੀ ਮਾਫ਼ੀ ਦੇ ਰਹੇ ਹਾਂ। ਜਿਹੜਾ ਬੰਦਾ ਗਲਤੀ ਕਰਦਾ ਏ ਸਿੱਖ ਕੌਮ ਨੂੰ ਮਾਫ਼ ਕਰਦੀ ਏ, ਪਰ ਜਿਹੜਾ ਬੰਦਾ ਗਲਤੀ ਕਰਕੇ ਮਾਫ਼ੀ ਵੀ ਨਹੀਂ ਮੰਗਦਾ, ਸਾਡੀ ਕੌਮ ਦੇ ਲੀਡਰ ਵਧੋ ਵਧੀ ਉਹਨੂੰ ਹੁਕਮਨਾਮੇ ਦੇ ਰੂਪ ਵਿੱਚ ਮਾਫ਼ੀ ਦੇ ਰਹੇ ਨੇ। ਉਸ ਤੋਂ ਬਾਅਦ ਜੇ ਕੌਮ ਉਸਦਾ ਵਿਰੋਧ ਕਰਦੀ ਏ, ਇਤਿਹਾਸ 'ਚ ਗਵਾਹ ਏ, ਇਤਿਹਾਸ 'ਚ ਪਹਿਲੀ ਵਾਰ ਹੋਇਆ ਏ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਤੋਂ ਦਿੱਤਾ ਗਿਆ ਹੁਕਮਨਾਮਾ ਇਸ ਇਹਨਾਂ ਅਖੌਤੀ ਲੀਡਰਾਂ ਦੀਆਂ ਚਾਲਾਂ ਦੇ ਫਲਸਰੂਪ ਉਹ ਵਾਪਸ ਲੈਣਾ ਪਿਆ। ਕਿ ਅੱਜ ਸਾਡੀ ਕੌਮ ਦੀ ਅਗਵਾਈ ਕਰਨ ਵਾਲਾ ਕੋਈ ਵੀ ਲੀਡਰ ਹਾਜ਼ਰ ਨਹੀਂ ਜੋ ਇਹ ਦੱਸ ਸਕੇ ਵੀ ਇਹ ਕੰਮ ਜਾਂ ਇਹ ਸਮੇਂ ਦੀਆਂ ਸਰਕਾਰਾਂ ਅਜਿਹਾ ਕਿਉਂ ਕਰ ਰਹੀਆਂ ਨੇ। ਦੋਸਤੋ, ਇਹ ਖਾਲਸਾ ਜੀ, ਇਹ ਅੱਜ ਕੋਈ ਨਵੀਂ ਗੱਲ ਨਹੀਂ ਕਿ ਸਿੱਖ ਕੌਮ ਦੇ ਨਾਲ ਗਦਾਰੀ ਹੋਈ ਹੈ। ਜੇ ਅੱਜ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲਦੀ, ਉਸਦਾ ਮੁੱਖ ਕਾਰਨ ਇਹ ਹੀ ਹੈ ਕਿਉਂਕਿ ਸਰਕਾਰਾਂ ਉਹਨਾਂ ਗਾੜੀ ਕਵਚ ਬਣ ਕੇ ਬੈਠੀਆਂ ਹੈ, ਦੋਸ਼ੀਆਂ ਦੇ ਗਾੜੀ। ਸਰਕਾਰਾਂ, ਮੌਕੇ ਦੀਆਂ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਦੋਸ਼ੀਆਂ ਨੂੰ ਸਜ਼ਾ ਦਿੱਤੀਆਂ ਜਾ ਸਕਣ। ਮੈਂ ਇਹਨਾਂ ਹੀ ਸ਼ਬਦਾਂ ਨਾਲ ਖਿਮਾ ਦਾ ਜਾਚਕ ਹਾਂ। ਉਸ ਤੋਂ ਇਲਾਵਾ ਇੱਕ ਹੋਰ ਮੈਂ ਗੱਲ ਕਰਨੀ ਚਾਹੁੰਦਾ ਵਾਂ, ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 1920 ਵਿੱਚ ਅਸੀਂ ਬੜੀਆਂ ਸ਼ਹਾਦਤਾਂ ਦੇ ਨਾਲ ਲਈ ਸੀ। ਅਸੀਂ ਸੋਚਦੇ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੇ ਭਲੇ ਦੀ ਗੱਲ ਕਰੇਗੀ। ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਕੁਝ ਪ੍ਰਚਾਰਕ ਆਏ ਨੇ, ਉਹਨਾਂ ਦਾ ਵੀ ਫਰਜ਼ ਬਣਦਾ ਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਵਾਰੀ ਦੁਬਾਰਾ ਸਿੱਖ ਕੌਮ ਦੀ ਸੰਸਥਾ ਬਣਾਇਆ ਜਾਵੇ, ਨਾ ਕਿ ਉਹਨਾਂ ਦੇ ਰੂਪ ਵਿੱਚ ਕੰਮ ਵਰਤਣ। ਅੱਜ ਸਿੱਖ ਕੌਮ ਨੂੰ ਲੋੜ ਹੈ ਦੁਬਾਰਾ ਇੱਕ ਵਾਰੀ ਸ਼੍ਰੋਮਣੀ ਕਮੇਟੀ ਨੂੰ ਜ਼ਿੰਦਾ ਕੀਤਾ ਜਾ ਸਕੇ, ਜਿਸ ਦੇ ਫਲਸਰੂਪ ਅਸੀਂ ਆਪਣੀ ਸਿੱਖ ਕੌਮ ਨੂੰ ਚੜ੍ਹਦੀ ਕਲਾ ਵਿੱਚ ਲੈ ਕੇ ਆਈਏ, ਚੰਗੇ ਪ੍ਰਚਾਰਕਾਂ ਦਾ ਨਿਰਮਾਣ ਕਰੀਏ। ਸਾਨੂੰ ਵਾਰ ਵਾਰ ਇਹ ਨਾ ਕਹਿਣਾ ਪਵੇ ਨੌਜਵਾਨ ਪੰਡਾਲ 'ਚ ਨਹੀਂ ਬੈਠਦੇ, ਉਹਨਾਂ ਨੂੰ ਇਤਿਹਾਸ ਦੱਸੀਏ ਸਾਡਾ ਇਤਿਹਾਸ ਹਰੀ ਸਿੰਘ ਨਲੂਆ ਕਿਹੋ ਜਿਹਾ ਇਤਿਹਾਸ ਪ੍ਰਗਟ ਕਰਕੇ ਗਿਆ, ਅਕਾਲੀ ਫੂਲਾ ਸਿੰਘ ਨੇ ਕਿਹੋ ਜਿਹਾ ਇਤਿਹਾਸ ਪ੍ਰਗਟ ਕੀਤਾ ਜਿਸ ਦੇ ਫਲਸਰੂਪ ਇੱਕ ਸ਼ਬਦ ਕਹਿਣ 'ਤੇ ਹਜ਼ਾਰਾਂ ਨੌਜਵਾਨ ਆਪਣੀ ਜਾਨਾਂ ਦੇਣ ਤੱਕ ਹਾਜ਼ਰ ਹੋ ਜਾਂਦੇ ਸੀ। ਪਰ ਅੱਜ ਸਾਡੀ ਕੌਮ ਦੇ ਕਿਸ ਤਰ੍ਹਾਂ ਦੇ ਜਥੇਦਾਰ ਨੇ ਜਿਨ੍ਹਾਂ ਦਾ ਸਾਨੂੰ ਥਾਂ ਥਾਂ 'ਤੇ ਵਿਰੋਧ ਕਰਨਾ ਪੈ ਰਿਹਾ ਹੈ। ਇਹ ਖਾਲਸਾ ਜੀ ਸਾਡੇ ਸਾਰਿਆਂ ਵਾਸਤੇ ਸੋਚਣ ਵਾਲੀ ਗੱਲ ਹੈ। ਨਹੀਂ ਤਾਂ ਨਸ਼ੇ ਦਾ ਮੁੱਦਾ ਕੋਈ ਇਹੋ ਜਿਹੀ ਗੱਲ ਤਾਂ ਨਹੀਂ ਕਿ ਸਾਡੇ ਨੌਜਵਾਨ ਨਸ਼ਾ ਕਿਉਂ ਕਰਨ? ਜੇ ਸਾਡੀਆਂ ਮਾਵਾਂ ਵੀ ਦੱਸਣ ਆਪਣੇ ਬੱਚਿਆਂ ਨੂੰ, ਪ੍ਰਚਾਰਕ ਵੀ ਇਹੀ ਗੱਲ ਦੱਸਣ, ਤਾਂ ਇਹੋ ਜਿਹੀ ਕੋਈ ਗੱਲ ਨਹੀਂ ਕਿ ਨਸ਼ੇ 'ਤੇ ਅਸੀਂ ਕੰਟਰੋਲ ਨਾ ਕਰ ਪਾਈਏ। ਸਾਡਾ ਚਰਿੱਤਰ ਕਰੈਕਟਰ ਕਿਉਂ ਨੀਵਾਂ ਜਾ ਰਿਹਾ ਹੈ? ਇਹ ਵੀ ਇਹੀ ਗਲਤੀ ਹੈ ਕਿ ਅਸੀਂ ਆਪਣਾ ਇਤਿਹਾਸ ਖੁਦ ਨਹੀਂ ਪੜ੍ਹਦੇ, ਪ੍ਰਚਾਰਕਾਂ 'ਤੇ ਡਿਪੈਂਡ ਹੋ ਗਏ ਹਾਂ। ਉਹ ਵੀ ਆਪਣਾ ਫਰਜ਼ ਚੰਗੀ ਤਰ੍ਹਾਂ ਨਹੀਂ ਨਿਭਾਉਂਦੇ, ਉਹ ਹੋਰ ਗੱਲਾਂ 'ਚ ਹੀ ਆਪਣਾ ਟਾਈਮ ਨਿਗਾ ਰਹੇ ਨੇ। ਇਹਨਾਂ ਸ਼ਬਦਾਂ ਨਾਲ ਮੈਂ ਖਿਮਾ ਦਾ ਜਾਚਕ ਹਾਂ, ਨਾਲ ਹੀ ਇਹ ਅਰਦਾਸ ਕਰਾਂਗਾ ਮਹਾਰਾਜ ਬਾਬਾ ਵੀਰ ਸਿੰਘ ਜੀ, ਸਾਡੀ ਕੌਮ ਦੀ ਚੜ੍ਹਦੀ ਕਲਾ ਵਾਸਤੇ ਚੰਗੇ ਲੀਡਰਾਂ ਦਾ ਨਿਰਮਾਣ ਹੋਵੇ, ਜਿਨ੍ਹਾਂ ਦੇ ਵਿੱਚ ਸਾਨੂੰ ਕਦੇ ਵੀ ਕਿਸੇ ਕਿਸਮ ਦੀ ਧੱਕੇਸ਼ਾਹੀ ਸਹਿਣ ਨਾ ਕਰਨੀ ਪਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਨੌਜਵਾਨ ਸੁਖਦੇਵ ਸਿੰਘ ਜੀ, ਜਿਨ੍ਹਾਂ ਨੇ ਸਿੱਖ ਇਤਿਹਾਸ ਦੇ ਵਿੱਚੋਂ
कुछ गल्लां संगतां नाल सांझियां कीतियां, सो इन्हां दा बहुत बहुत धन्नवाद। हुण मैं बेनती करांगा ढाडी जथा बीबा अमृतपाल कौर गग्गो बुआ उह समें वास्ते अद्धे घंटे वास्ते संगत दर्शन करनगे। बीबा अमृतपाल कौर ढाडी जथा